सत श्री अकाल दोस्तों, सरोतियों व्यूअर्स, मेरा नाम है बॉनी बिंद्रा ते तुसी देख रहे हो न्यूज़ एशिया पंजाबी। अज एक बार फिर तुहाडे नाल शाम दी डिबेट दे विच हाज़र होए हां। साडे नाल हमेशा की तरह साडे सीनियर एडिटर इन चीफ सरदार कुलवंत सिंह जी हाज़र ने। कुलवंत जी, बहुत बहुत स्वागत है तुहाडा शो दे विच। बहुत धन्यवाद जी। कुलवंत जी, कल परसों की एक गल जिहड़ी है पंजाब की सियासत नूं एक हलचल दे विच, एक भूचाल दे विच तब्दील कर गई है, वह हैगी है कि कैप्टन अमरिंदर सिंह हुण खुल के अपने ही वजीर के खिलाफ, नवजोत सिंह सिद्धू उन्होंने खिलाफ बोलते नज़र आए हैं। उन्होंने एक निजी चैनल के इंटरव्यू दिंदिया कल कहा कि हुण मेरे लिए जिहड़े सारे दरवाजे ने वह मैं सिद्धू लई हुण बंद कर दिते ने, तो उन्हों का हुण मतलब कांग्रेस के कोई अगला फ्यूचर नहीं है। वो देख सकते हैं कि अगली पार्टी कितने होंगे। उन्होंने ये भी इल्जाम लगाए कि उन्होंने जिहड़े कट्टर वैरी ने, पोलीटिकल वैरी ने, जिहड़े अरविंद केजरीवाल दिल्ली के सीएम, उन्होंने नाल भी चार मीटिंगां ने जिहड़ियां वह नवजोत सिंह सिद्धू ही करके आए हैं, जिहड़ा कि संकेत दिंदियां ने कि वह आने वाले समय के हो सकता है अगले साल के जिहड़े विधानसभा इलैक्शन होने जा रहे हैं उहदे विच आम आदमी पार्टी वालों पटियाले तो ही चोण लड़। सो ये अज का मुद्दा आप जोड़ के देखते हैं कि जेकर आप गल करिए क्रिकेट की, क्रिकेट के मैदान की, जेकर आप गल करिए पॉलिटिक्स के मैदान की, उन्होंने कप्तान रास नहीं आते, या गल करिए कैप्टन रास नहीं आते। तुसी इहनू किवें देखदे हो कि नवजोत सिंह सिद्धू दे विच एक एरोगेंस प्रॉब्लम है, या उन्होंने एक लीडरशिप नू फॉलो करन दी घाट है कि वह अपनी ज़्यादा चलाना चाहते हैं, दूजे की घट सुनना चाहते हैं? देखो, जिहड़ा तुसी अज मुद्दा छिड़िया हैगा, मैनूं लगदा कि यह पंजाब दा अज एक हर एक बच्चा जिहड़ा जिसनूं राजनीति की थोड़ी बहुती समझ है, बच्चे नूं भी जिहड़ा इस बारे इलम होगा कि नवजोत सिंह सिद्धू हुणां दी अपने कप्तान नाल नहीं बनी जी। इहदा सब तो वड्डी उदाहरण हैगी है कि अरुण जेतली उहनां दे गुरु सीगे, ਉਹਨਾਂ ਨੂੰ ਵੀ ਜਦੋਂ ਉਹਨਾਂ ਦੀ ਟਿਕਟ ਕੱਟ ਕੇ ਅੰਮ੍ਰਿਤਸਰ ਤੋਂ ਉਹਨਾਂ ਨੂੰ ਦਿੱਤੀ ਗਈ ਅਰੁਣ ਜੇਤਲੀ ਨੂੰ, ਤਾਂ ਉਹਨਾਂ ਨੇ ਨਾ ਸਿਰਫ ਆਪਣੇ ਰਾਜਨੀਤਿਕ ਗੁਰੂ ਅਤੇ ਆਪਣੇ ਕਪਤਾਨ ਜਿਹਨੂੰ ਕਹਿੰਦੇ ਸੀ ਉਹ, ਅਤੇ ਉਹਨੂੰ ਨਾ ਤਾਂ ਉਹਨਾਂ ਨੇ ਵੋਟ ਪਾਈ ਅਤੇ ਨਾ ਉਹਨਾਂ ਨੇ ਵੋਟ ਪ੍ਰਚਾਰ ਕਰਨਗੇ। ਅਤੇ ਇੱਥੋਂ ਤੱਕ ਕਿ ਜਦੋਂ ਪਾਰਟੀ ਛੱਡੀ ਤਾਂ ਫਿਰ ਉਹਨਾਂ ਦੇ ਖਿਲਾਫ ਜਿਹੜਾ ਉਸ ਪਾਰਟੀ ਦੇ ਖਿਲਾਫ ਦੱਬ ਕੇ ਪ੍ਰਚਾਰ ਕੀਤਾ, ਇੱਥੋਂ ਤੱਕ ਕਿ ਨਰਿੰਦਰ ਮੋਦੀ ਜਿਨ੍ਹਾਂ ਦੇ ਲਈ ਉਹਨਾਂ ਨੇ ਬਿਗ ਬੋਸ ਸੀਜ਼ਨ 6 ਨੂੰ ਛੱਡ ਕੇ, ਨਰਿੰਦਰ ਮੋਦੀ ਜਦੋਂ ਮੁੱਖ ਮੰਤਰੀ ਹੋਇਆ ਕਰਦਾ ਸੀ ਗੁਜਰਾਤ ਦੇ, ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਗਏ ਸੀ ਉੱਥੇ ਉਹ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਵਿੱਚ ਜੀ। ਸੋ ਇਸ ਤੋਂ ਪਹਿਲਾਂ ਅਗਰ ਪਿਛੋਕੜ 'ਤੇ ਜਾਈਏ ਨਵਜੋਤ ਸਿੰਘ ਸਿੱਧੂ ਉਹਨਾਂ ਦੇ, ਤਾਂ ਨਵਜੋਤ ਸਿੰਘ ਸਿੱਧੂ ਜਦੋਂ ਕ੍ਰਿਕਟ ਖੇਡਿਆ ਕਰਦੇ ਸੀ ਤਾਂ ਉਸ ਵੇਲੇ ਵੀ ਇੰਗਲੈਂਡ ਦਾ ਦੌਰਾ ਜਿਹੜਾ ਸੀ ਉਹਨਾਂ ਨੂੰ ਇਸ ਕਰਕੇ ਵਿੱਚ ਛੱਡਣਾ ਪਿਆ ਸੀ ਕਿਉਂਕਿ ਉਹਨਾਂ ਨੂੰ ਮੁਹੰਮਦ ਅਜ਼ਰੁਦੀਨ ਉਸ ਟਾਈਮ ਉਹਨਾਂ ਦੇ ਕਪਤਾਨ ਹੋਇਆ ਕਰਦੇ ਸੀ, ਅਤੇ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਅਤੇ ਨਾ ਸਿਰਫ ਉਹ ਦੌਰਾ ਵਿੱਚੋਂ ਛੱਡ ਕੇ ਆ ਗਏ ਸੀ ਬਲਕਿ ਉਹਨਾਂ ਨੇ ਫਿਰ ਕ੍ਰਿਕਟ ਤੋਂ ਵੀ ਸੰਨਿਆਸ ਲੈ ਲਿਆ ਸੀ। ਇਹ ਗੱਲ ਅੱਜ ਤੱਕ ਉਹਨਾਂ ਨੇ ਦੋਵਾਂ ਨੇ ਕਿਸੇ ਪਾਸੋਂ ਕੱਢੀ ਨਹੀਂ ਹੈਗੀ ਵੀ ਗੱਲ ਕੀ ਹੋਈ ਸੀ ਉਹਨਾਂ ਦੀ, ਪਰ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਕਪਤਾਨ ਨਾਲ ਨਹੀਂ ਬਣੀ, ਉੱਥੇ ਵੀ ਕਪਤਾਨ ਨਾਲ ਨਹੀਂ ਬਣੀ ਸੀ, ਅਤੇ ਇਹਦੇ ਕਰਕੇ ਉਹਨਾਂ ਨੂੰ ਉਹ ਦੌਰਾ ਛੱਡਣਾ ਪਿਆ ਸੀ ਅਤੇ ਕ੍ਰਿਕਟ ਵੀ ਛੱਡਣੀ ਪਈ ਸੀ। ਹੁਣ ਆਈਏ ਪੰਜਾਬ ਦੇ ਕੈਪਟਨ ਦੀ, ਤਾਂ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹਨਾਂ ਦੇ ਨਾਲ ਵੀ ਸ਼ੁਰੂ ਤੋਂ ਨਹੀਂ ਬਣ ਪਈ ਉਹਨਾਂ ਦੀ, ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਜਿਹੜੀ ਉਹ ਸੋਚ ਸੀਗੀ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਇੱਥੇ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣ ਦੀ ਨਹੀਂ ਸੀ, ਜਿਸ ਤਰ੍ਹਾਂ ਉਹਨਾਂ ਦਾ ਸ਼ੁਰੂ ਦੇ ਵਿੱਚ ਬਿਆਨ ਆਇਆ ਸੀਗਾ ਕਿ ਉਹਨਾਂ ਦਾ ਰਾਜਨੀਤੀ 'ਚ ਕੀ ਕੰਮ ਹੈ, ਉੱਥੇ ਕੁਰਸੀ 'ਤੇ ਬੈਠਾ ਹੱਸੀ ਜਾਂਦਾ, ਤੋ ਇਹ ਬਿਆਨ ਉਹਨਾਂ ਨੇ ਹੁਣ ਫਿਰ ਮੁੜ ਦੁਹਰਾਇਆ ਵੀ ਹੈਗਾ ਜੀ। ਅਤੇ ਪਰ ਇਹਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਹੁਣੀ ਸਿੱਧੇ ਕਾਂਗਰਸ ਪ੍ਰਧਾਨ ਦੇ ਥਰੂ ਜਿਹੜੇ ਆ ਉਹ ਪਾਰਟੀ 'ਚ ਸ਼ਾਮਿਲ ਹੋ ਕੇ ਅਤੇ ਪੰਜਾਬ ਦੇ ਵਿੱਚ ਆ ਗਏ ਸੀ ਜੀ, ਜਿਹੜੀ ਕਿ ਗੱਲ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਰਾਸ ਨਹੀਂ ਆਈ ਕਿਉਂਕਿ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਇੱਕ ਸੈਲੀਬ੍ਰਿਟੀ ਨੇ, ਉਹਨਾਂ ਉਹ ਐਕਟਰ ਨੇ ਵਧੀਆ, ਉਹ ਵਧੀਆ ਬੁਲਾਰੇ ਨੇ, ਉਹਨਾਂ ਦੇ ਲੋਕ ਉਹਨਾਂ ਨੂੰ ਸੁਣਦੇ ਨੇ, ਕਮੈਂਟਰੇਟਰ ਰਹੇ ਨੇ ਉਹ ਕ੍ਰਿਕਟ ਦੇ, ਇਸ ਤੋਂ ਇਲਾਵਾ ਕ੍ਰਿਕਟਰ ਰਹੇ ਨੇ, ਉਹਨਾਂ ਦੀ ਦੁਨੀਆ ਫੈਨ ਹੈ, ਅਤੇ ਉਸ ਤੋਂ ਇਲਾਵਾ ਉਹ ਕਮੇਡੀ ਸ਼ੋਅ ਦੇ ਵਿੱਚ ਰਹੇ ਨੇ ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਨੇ, ਉਸ ਕਮੇਡੀ ਸ਼ੋਅ ਨੂੰ ਕਪਿਲ ਸ਼ਰਮਾ ਦੀ ਜਿਹੜੀ ਸੀ ਜੀ, ਸੋ ਉਹਨੂੰ ਲੈ ਕੇ ਇੱਕ ਜਿਹੜਾ ਸੀਗਾ ਕਿ ਇੱਕ ਮਨ ਦੇ ਵਿੱਚ ਭਾਵਨਾ ਸੀਗੀ ਕਿ ਇਹ ਮੇਰਾ ਇੱਕ ਵੱਖਰਾ, ਸ਼ਾਇਦ ਇਹ ਕਿਹਾ ਜਾ ਰਿਹਾ ਜਿਸ ਤਰ੍ਹਾਂ ਡਿਬੇਟ, ਜਿਸ ਤਰ੍ਹਾਂ ਅੱਜ ਕੱਲ੍ਹ ਚਰਚਾ ਛਿੜੀ ਹੋਈ ਹੈ ਕਿ ਮੇਰਾ ਇੱਕ ਸ਼ਰੀਕ, ਰਾਜਨੀਤਿਕ ਸ਼ਰੀਕ ਜਿਹੜਾ ਉਹ ਖੜਾ ਹੋ ਸਕਦਾ। ਸੋ ਤੁਸੀਂ ਕਹਿ ਰਹੇ ਹੋ ਕਿ ਈਗੋ ਦੀ ਪ੍ਰੋਬਲਮ ਆ ਗਈ ਕਿ ਦੋ ਜਦੋਂ ਵੱਡੀਆਂ ਪਾਵਰਸ ਇਕੱਠੀਆਂ ਹੋਈਆਂ, ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਕਾਫੀ ਟਾਈਮ ਤੱਕ ਚਿਹਰਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਣੀ, ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਮੇਰੇ ਟੱਕਰ ਦਾ ਆ ਗਿਆ, ਮੇਰੇ ਤੋਂ ਥੋੜ੍ਹਾ
ਉੱਪਰ ਪਦਵੀ ਦਾ ਕੋਈ ਬੰਦਾ ਮੇਰੇ ਸਾਹਮਣੇ ਆ ਰਿਹਾ ਜਿਹਦੇ ਜਿਹੜਾ ਪ੍ਰੈਜੈਂਸ ਰੱਖਦਾ ਲੋਕਾਂ ਨੂੰ ਨਾਲ ਖਿੱਚਣ ਦੀ, ਤਾਂ ਉਹਨਾਂ ਦੇ ਵਿੱਚ ਇੱਕ ਇਨਸਿਕਿਉਰਿਟੀ ਆਈ ਕਿ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਵਾਰ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਇਹ ਮੇਰੀ ਆਖਰੀ ਇਲੈਕਸ਼ਨ ਹੈ, ਪਰ ਇਸ ਵਾਰ ਵੀ ਉਹ ਇਲੈਕਸ਼ਨ ਲੜਨ ਨੂੰ ਹੁਣ ਤਿਆਰ ਨੇ। ਸੋ ਕੀ ਉਸ ਤਰ੍ਹਾਂ ਦੇਖਦੇ ਹੋ ਕਿ ਉਹਨਾਂ ਨੂੰ ਰਾਜਨੀਤਿਕ ਤੌਰ 'ਤੇ ਇੱਕ ਇਨਸਿਕਿਉਰਿਟੀ ਫੀਲ ਹੋਣ ਲੱਗੀ ਕਿ ਹੋ ਸਕਦਾ ਕਿ ਮੇਰੇ ਤੋਂ ਜਿਹੜੀ ਮੇਰੀ ਜਿਹੜੀ ਸਟਾਰ ਕੈਂਪੇਨਰ ਦੀ ਇੱਕ ਜਿਹੜੀ ਪਦਵੀ ਆ ਉਹ ਖੋਹ ਲਈ ਜਾਵੇ? ਦੇਖੋ, ਜਦੋਂ ਪਿਛਲੀ ਵਾਰ ਤੁਹਾਨੂੰ ਯਾਦ ਹੋਏਗਾ ਸਾਲ 2017 ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਿ ਮੇਰੀ ਇਹ ਆਖਰੀ ਚੋਣ ਹੈ ਜੀ। ਤਾਂ ਸ਼ਾਇਦ ਜਿਸ ਤਰ੍ਹਾਂ ਹੁਣ ਜਿਹੜੀ ਇਹ ਚਰਚਾ ਛਿੜੀ ਹੋਈ ਹੈ ਕਿ ਸ਼ਾਇਦ ਜਿਹੜੇ ਉਹ ਇਸ ਗੱਲ ਦੇ ਹਮਦਰਦੀ ਦੀ ਵੋਟ ਸ਼ਾਇਦ ਉਹ ਹਾਸਲ ਕਰਨਾ ਚਾਹੁੰਦੇ ਸੀ, ਅਤੇ ਪਰ ਇਹਦੇ ਨਾਲ ਨਾਲ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਕਮਾਂਡ ਨਹੀਂ ਸੰਭਾਲਣਗੇ ਤਾਂ ਉਹਨਾਂ ਦਾ ਜਿਹੜਾ ਅਗਲੇ ਜਿਹੜੀ ਕਤਾਰ ਦਾ ਆਗੂ ਜਿਹੜਾ ਉਹ ਉਹਨਾਂ ਨੂੰ ਤਿਆਰ ਕਰਨਾ ਪਏਗਾ, ਰਿਪਲੇਸਮੈਂਟ ਲੱਭਣੀ ਸ਼ੁਰੂ ਕਰਤੀ। ਅਤੇ ਉਹ ਰਿਪਲੇਸਮੈਂਟ ਦੇ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਦੇਖਿਆ ਗਿਆ ਸੀ ਜੀ। ਪਰ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਇਹ ਗੱਲ ਕਹੀ ਸੀਗੀ ਕਿ ਮੈਂ ਅਗਲੀਆਂ ਚੋਣਾਂ ਨਹੀਂ ਲੜਾਂਗਾ ਜੀ, ਉਹ ਸਿਰਫ ਇੱਕ ਹਮਦਰਦੀ ਦੀ ਵੋਟ ਹਾਸਲ ਕਰਨ ਦੀ ਸ਼ਾਇਦ ਇੱਕ ਗੱਲ ਕਹਿ ਸਕਦੇ, ਰਾਜਨੀਤਿਕ ਪੈਂਤਰਾ ਹੋ ਸਕਦਾ ਜੀ। ਤਾਂ ਉਹ ਚੀਜ਼ ਜਿਹੜੀ ਹੈ ਉਹ ਉਹਨਾਂ ਨੇ ਤਾਂ ਆਪਣੇ ਵੱਲੋਂ ਆਪਣੀ ਸਮਝ ਦੇ ਮੁਤਾਬਕ ਸਿਆਸਤ ਦੇ ਮੁਤਾਬਕ ਚੱਲੇ ਸੀਗੇ, ਪਰ ਇੱਧਰੋਂ ਹਾਈ ਕਮਾਂਡ ਜਿਹੜੇ ਸੀ ਉਹਨਾਂ ਨੇ ਆਪਣਾ ਅਗਲੀ ਕਤਾਰ ਦਾ ਆਗੂ ਕਰਨਾ ਖੜਾ ਕਰਨਾ ਸ਼ੁਰੂ ਕਰ ਦਿੱਤਾ। ਅਤੇ ਨਵਜੋਤ ਸਿੰਘ ਸਿੱਧੂ ਇਸ ਸੋਚ ਨਾਲ ਆਏ ਸੀ ਸ਼ਾਇਦ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸ਼ਾਇਦ ਮੇਰਾ ਨੰਬਰ ਹੈਗਾ ਜੀ। ਤਾਂ ਉਹ ਜਿਹੜੀ ਚੀਜ਼ ਹੈ ਇੱਕ ਲੁਕਵੀਂ ਜਿਹੜੀ ਮਹੱਤਵਕਾਂਸ਼ਾ ਹੈਗੀ ਹੈ ਦੋਵਾਂ ਧਿਰਾਂ ਦੀ, ਉਹ ਮਹੱਤਵਕਾਂਸ਼ਾ ਜਿਹੜੀ ਅੱਗੇ ਟਕਰਾ ਗਈ ਜੀ। ਹੁਣ ਜਿਹੜੇ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਮੰਨਣ ਨੂੰ ਤਿਆਰ ਨੇ, ਇਸ ਗੱਲ ਉਹ ਜਿਹੜਾ ਆਪਣੀ ਅਗਲੀ ਪਾਰੀ ਜਿਹੜੀ ਆ ਉਸ ਨੂੰ ਲਈ ਤਿਆਰੀ 'ਚ ਨੇ ਜੀ, ਉਹ ਹਲੇ ਰਾਜਨੀਤੀ ਛੱਡਣ ਦੇ ਵਿੱਚ ਕੋਈ ਉਹਨਾਂ ਦਾ ਇਰਾਦਾ ਨਹੀਂ ਹੈਗਾ ਜੀ। ਅਤੇ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਨੂੰ ਸੋਚ ਕੇ ਇੱਧਰ ਆਏ ਸੀ ਉਹ ਉਹਨਾਂ ਨੂੰ ਇਹ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਜੀ। ਅਤੇ ਉਹਨਾਂ ਨੇ ਮੁੱਦੇ ਵੀ ਉਸ ਢੰਗ ਨਾਲ ਚੁੱਕਣੇ ਸ਼ੁਰੂ ਕੀਤੇ ਸੀ ਕਿ ਅਗਲੀ ਵਾਰੀ ਮੇਰੀ ਹੈ ਜੀ, ਅਤੇ ਜੇਕਰ ਹੁਣ ਮੈਂ ਇਸ ਵਾਰੀ ਦੇ ਨਾਲ ਮੁਤਾਬਕ ਨਾ ਚੱਲਿਆ ਤਾਂ ਫਿਰ ਮੇਰੇ ਅੱਗੇ ਚੱਲ ਕੇ ਲੋਕਾਂ ਦੇ ਵਿੱਚ ਆਧਾਰ ਨਹੀਂ ਬਣ ਪਾਏਗਾ ਜੀ। ਨੋ ਡਾਊਟ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਮੁੱਦੇ ਚੱਕੇ ਅਤੇ ਬੜੇ ਵਧੀਆ ਢੰਗ ਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਉਹਨਾਂ ਦੀ ਇਮੇਜ ਵੀ ਬਣੀ। ਅੱਜ ਵੀ ਜਿਹੜੇ ਲੋਕ ਉਹਨਾਂ ਨੇ ਜਿਸ ਤਰੀਕੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਵਾਜ਼ ਚੁੱਕਦੇ ਆਏ ਨੇ ਲੋਕ ਉਹਨਾਂ ਦੇ ਕਾਇਲ ਨੇ, ਅਤੇ 1.5 ਸਾਲ ਉਹ ਚੁੱਪ ਰਹੇ ਪਰ ਇਹਦੇ ਬਾਵਜੂਦ ਵੀ ਜਦੋਂ ਉਹ ਬੋਲੇ ਤਾਂ ਦੁਨੀਆ ਉਹਨਾਂ ਨੂੰ ਸੁਣ ਰਹੀ ਹੈ ਜੀ, ਅਤੇ ਇੱਕ ਆਪਣੇ ਆਪ ਦੇ ਵਿੱਚ ਉਹਨਾਂ ਦੀ ਇੱਕ ਇਮੇਜ ਬਣ ਗਈ ਹੈ। ਪਰ ਰਾਜਨੀਤੀ ਦੇ ਵਿੱਚ ਇੱਕ ਦੂਜੇ ਦੇ ਨੂੰ ਵਿਰੋਧੀ ਨੂੰ ਜਿਹੜਾ ਜ਼ਿਆਦਾ ਸਿਰ ਨਹੀਂ ਚੁੱਕਿਆ ਚੁੱਕਣ ਦਿੰਦੇ ਜਿਹੜੇ ਜਿਹੜੇ ਸੱਤਾ 'ਚ ਹੁੰਦੇ ਨੇ ਲੋਕ, ਉਹਦੇ 'ਚ ਤੁਸੀਂ ਭਾਵੇਂ ਉਦਾਹਰਣ ਲੈ ਲਓ ਕਿ ਰਜਿੰਦਰ ਕੌਰ ਭੱਠਲ ਹੋਣੀ, ਚਾਹੇ ਤੁਸੀਂ ਲੈ ਲਓ ਜਗਮੀਤ ਸਿੰਘ ਬਰਾੜ ਹੋਣੀ, ਚਾਹੇ ਤੁਸੀਂ ਸੁਖਪਾਲ ਖਹਿਰਾ, ਚਾਹੇ ਵੀਰ ਦਵਿੰਦਰ ਸਿੰਘ, ਚਾਹੇ ਆਪਣਾ ਬਾਜਵਾ ਜੀ, ਕੋਈ ਵੀ ਜਿਹੜੇ ਨੇ ਮਤਲਬ ਇਹਨਾਂ ਦੇ ਮੁਕਾਬਲੇ ਦੇ ਵਿੱਚ ਖੜ ਨਹੀਂ ਪਾਏ, ਜਦਕਿ ਸਾਰੇ ਹੀ ਇਹ ਬਾਗੀ ਜਿਹੜੀ ਉਹਦੇ ਪ੍ਰਵਿਤੀ ਦੇ ਬੰਦੇ ਸੀਗੇ ਅਤੇ ਇਹਨਾਂ ਸਾਰਿਆਂ ਦੇ ਵਿੱਚ ਇੱਕ ਦਮ ਸੀਗਾ, ਇਹਨਾਂ ਸਾਰਿਆਂ ਦੇ ਚੰਗੇ ਬੁਲਾਰੇ ਸੀਗੇ ਜੀ, ਪਰ ਇਹਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸਿਆਸੀ ਕੱਦ ਦੇ ਅੱਗੇ ਨਹੀਂ ਖੜ ਪਾਏ ਜੀ। ਪਰ ਇੱਥੇ ਟਾਕਰਾ ਜਿਹੜਾ ਸੀਗਾ ਇੱਕ ਇੰਟਰਨੈਸ਼ਨਲ ਲੈਵਲ ਦੇ ਸੈਲੀਬ੍ਰਿਟੀ ਦੇ ਨਾਲ ਹੋਇਆ ਸੀ, ਜਿਹਦੇ ਬਾਰੇ ਇਮਰਾਨ ਖਾਨ ਤੱਕ ਨੇ ਕਹਿ ਦਿੱਤਾ ਸੀਗਾ ਕਿ ਜੇ ਸਿੱਧੂ ਇੱਥੋਂ ਵੀ ਚੋਣ ਲੜ ਲਏ ਪਾਕਿਸਤਾਨ 'ਚ ਤਾਂ ਇੱਥੋਂ ਵੀ ਜਿੱਤ ਜਾਏਗਾ। ਅਤੇ ਦੂਜੇ ਪਾਸੇ ਸਿੱਧੂ ਇੱਕ ਕ੍ਰਿਕਟਰ ਰਹੇ ਨੇ, ਇੱਕ ਸਟਾਰ ਪ੍ਰਚਾਰਕ ਰਹੇ ਹੁਣ ਹੈਗੇ ਨੇ, ਦੂਜੀ ਗੱਲ ਇਹ ਹੈ ਕਿ ਉਹ ਕਮੈਂਟਰੇਟਰ ਬੜੇ ਵਧੀਆ ਹੈਗੇ ਨੇ, ਉਹਨਾਂ ਦੀ ਇਮੇਜ ਜਿਹੜੀ ਆ ਇੱਕ ਕਮੇਡੀ ਜਿਹੜੀ ਉਹਦੇ 'ਚ ਕਰਕੇ ਸ਼ੋਅ ਕਰਕੇ ਵੀ ਬੜੀ ਬਣੀ ਹੋਈ ਹੈ, ਕਪਿਲ ਸ਼ਰਮਾ ਸ਼ੋਅ ਕਰਕੇ ਵੀ ਬੜੀ ਉਹਦੀ ਇਮੇਜ ਬਣੀ ਹੋਈ ਸੀ। ਸੋ ਇੱਕ ਚਿਹਰਾ ਸਿੱਧੂ, ਚਿਹਰੇ ਦੇ ਨਾਲ ਨਾਲ ਉਹ ਇੱਕ ਅੱਛਾ ਬੁਲਾਰਾ ਹੈਗਾ, ਬੁਲਾਰੇ ਦੇ ਨਾਲ ਨਾਲ ਉਹਨੇ ਹੁਣ ਤੱਕ ਜਿੰਨੇ ਵੀ ਮੁੱਦੇ ਚੱਕੇ ਨੇ ਉਹ ਸਾਰੇ ਲੋਕਾਂ ਨੂੰ ਪਸੰਦ ਆਏ ਨੇ ਜੀ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਾ ਕੇ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਉਹ ਸੋਚ ਹੈ ਕਿ ਮੈਂ ਅਗਲੀ ਚੋਣ ਲੜਨੀ ਹੈ ਉਹਦੇ ਨਾਲ ਟਕਰਾ ਗਈ ਜੀ। ਅਤੇ ਜਦਕਿ ਕਿਹਾ ਕੁਛ ਹੋਰ ਸੀਗਾ ਉਹਨਾਂ ਨੇ ਪਹਿਲਾਂ, ਅਤੇ ਉਹ ਸ਼ਾਇਦ ਇੱਕ ਸਿਆਸੀ ਪੈਂਤਰਾ ਵੀ ਆਪਾਂ ਹੁਣ ਜਿਸ ਤਰ੍ਹਾਂ ਉਹਨੂੰ ਜਿਹੜੇ ਮਾਹਰ ਲੋਕ ਇਹ ਕਹਿ ਰਹੇ ਨੇ ਵੀ ਸਿਆਸੀ ਪੈਂਤਰਾ ਉਹਨਾਂ ਦਾ, ਤਾਂ ਉਹ ਸਿਆਸੀ ਪੈਂਤਰਾ ਸੀਗਾ। ਅਤੇ ਦੂਜੇ ਪਾਸੇ ਜਿਹੜੇ ਨੇ ਆਹ ਨਵਜੋਤ ਸਿੰਘ ਸਿੱਧੂ ਆਪਣੀ ਇੱਕ ਟਾਰਗੇਟ ਲੈ ਕੇ ਆਇਆ ਸੀ ਵੀ ਉਹ ਹੁਣ ਇਹ ਤਾਂ ਗਏ ਅਗਲੀ ਵਾਰੀ ਮੇਰੀ ਆ ਜੀ, ਪਰ ਉਹ ਉੱਥੇ ਖੜੇ ਨੇ ਅਤੇ ਉਹ ਵਾਰੀ ਜਿਹੜੀ ਉਹਨਾਂ ਦੀ ਉਹ ਆਪਣੀ ਲੈਣ ਨੂੰ ਤਿਆਰ ਬੈਠੇ ਨੇ। ਉਹ ਕਹਿੰਦਾ ਮੇਰੀ ਵਾਰੀ ਆ, ਉਹ ਕਹਿੰਦਾ ਮੈਂ ਜਾਣਾ ਨਹੀਂ, ਮੇਰੀ ਤਾਂ ਅਗਲੀ ਵਾਰੀ ਹੈ। ਤਾਂ ਉਹ ਹੋ ਕੀ ਰਿਹਾ ਕਿ ਉਹਦੇ ਵਿੱਚ ਉਹ ਕੁਰਸੀ ਵਿੱਚ ਜਿਹੜੀ ਉਹ ਟਕਰਾਅ ਹੋ ਗਿਆ,
ਤੇ ਉਹ ਟਕਰਾਅ ਜਿਹੜਾ ਉਹ ਕਿਤੇ ਨਾ ਕਿਤੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਦੱਬ ਗਿਆ। ਜਿਵੇਂ ਠੇਠ ਪੰਜਾਬੀ 'ਚ ਕਹਿੰਦੇ ਆ ਕਿ ਇੱਕ ਜਿਹੜਾ ਵਾਰੀ ਲੈਣ ਤੋਂ ਆਊਟ ਹੋਣ ਤੋਂ ਬਾਅਦ ਬੰਦਾ ਰੋਂਡੀ ਪਿੱਟਣ ਲੱਗ ਜਾਂਦਾ, ਇਹ ਹੁਣ ਇੱਕ ਇੱਕ ਪਾਸਾ ਇੱਕ ਪਕਸ਼ ਜਿਹੜਾ ਰੋਂਡੀ ਪਿੱਟ ਰਿਹਾ ਉਹ ਕਿਵੇਂ, ਹੁਣ ਜਿਹੜੀ ਅਗਲੀ ਵਾਰੀ ਹੈ ਜਿਹੜੀ ਉਹਦੀ ਵਾਰੀ ਨਹੀਂ ਆਉਣ ਦੇਣਾ ਚਾਹੁੰਦਾ, ਬਦਲਾਅ ਨੂੰ ਐਕਸੈਪਟ ਨਹੀਂ ਕਰ ਰਿਹਾ ਇੱਕ ਇੱਕ ਪਾਸਾ ਆਪਾਂ ਕਹਿ ਸਕਦੇ ਹਾਂ ਇਸ ਗੱਲ ਨੂੰ। ਖੈਰ ਇਸ ਮੁੱਦੇ ਤੋਂ ਆਪਾਂ ਥੋੜ੍ਹਾ ਅੱਗੇ ਵਧਾਂਗੇ। ਕੈਪਟਨ ਸਾਹਿਬ ਦੀ ਗੱਲ ਚਲੋ ਬਾਅਦ ਵਿੱਚ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜੇਕਰ ਗੱਲ ਕਰੀਏ, ਸਿੱਧੂ ਦੰਪਤੀ ਹੈ ਜਿਹੜੀ, ਸਿੱਧੂ ਮਿਸਟਰ ਐਂਡ ਮਿਸਿਸ ਸਿੱਧੂ ਨੇ, ਇਹ ਦੋਨਾਂ ਦਾ ਇੱਕ ਟਰੈਕ ਰਿਕਾਰਡ ਰਿਹਾ ਕਿ ਜਦੋਂ ਵੀ ਇਹ ਕਿਸੇ ਪਾਰਟੀ ਨੂੰ ਛੱਡਣਾ ਚਾਹੁੰਦੇ ਨੇ ਉਸ ਤੋਂ ਕੁਛ ਟਾਈਮ ਪਹਿਲਾਂ ਇਹ ਉਸ ਪਾਰਟੀ ਨੂੰ ਦੰਬ ਕੇ ਭੰਡਣਾ ਸ਼ੁਰੂ ਕਰ ਦਿੰਦੇ ਨੇ ਹਰ ਇੱਕ ਜਿਹੜਾ ਵੀ ਇਹਨਾਂ ਨੂੰ ਮੀਡੀਆ ਮਿਲਦਾ ਉਸ 'ਤੇ। ਬੀਜੇਪੀ ਦੇ ਵਿੱਚ ਵੀ ਐਵੇਂ ਹੋਇਆ, ਜਦੋਂ 2017 ਦੀ ਇਲੈਕਸ਼ਨ ਸੀਗੀ ਪੂਰੀ ਹਵਾ ਇਹਨਾਂ ਨੇ ਚਲਵਾਈ ਬੀਜੇਪੀ ਦੇ ਅਗੇਂਸਟ, ਅਕਾਲੀ ਦਲ ਦੇ ਅਗੇਂਸਟ, ਉਹਦਾ ਫਾਇਦਾ ਸਿੱਧੇ ਤੌਰ ਦੇ ਉੱਪਰ ਕਾਂਗਰਸ ਨੂੰ ਹੋਇਆ। ਉਸ ਟਾਈਮ 'ਤੇ ਇਹ ਕਸੀਦੇ ਵੀ ਲਗਾਏ ਜਾ ਰਹੇ ਸੀਗੇ ਕਿ ਹੋ ਸਕਦਾ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਬਣ ਕੇ ਸਾਹਮਣੇ ਆਉਣ, ਪਰ ਉਹ ਜਿਸ ਤਰ੍ਹਾਂ ਦੀ ਫਿਰ ਆਪਾਂ ਕੱਲ੍ਹ ਵੀ ਚਰਚਾ ਕਰੀ ਸੀਗੀ ਕਿ ਜਿਸ ਤਰ੍ਹਾਂ ਦਾ ਗੁਰਪ੍ਰੀਤ ਘੁੱਗੀ ਹੋਣਾ ਨਾਲ ਹੋਇਆ ਜਾਂ ਦੂਜੇ ਛੋਟੇਪੁਰ ਸਾਹਿਬ ਉਹਨਾਂ ਨਾਲ ਹੋਇਆ, ਉਹ ਮਤਲਬ ਬੜਾ ਦੁਖਦਾਈ ਜਾਂ ਇੱਕ ਕਹਿ ਸਕਦੇ ਹਾਂ ਕਿ ਇੱਕ ਟ੍ਰੈਜਿਕ ਸੀਨ ਬਣ ਕੇ ਰਹਿ ਗਿਆ ਆਮ ਆਦਮੀ ਪਾਰਟੀ ਲਈ। ਅਤੇ ਹੋ ਸਕਦਾ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕਾਂਗਰਸ ਦੇ ਵਿੱਚ ਚਲੇ ਗਏ। ਹੁਣ ਗੱਲ ਇੱਥੇ ਫੇਰ ਉਹੀ ਆਉਂਦੀ ਹੈ ਕਿ ਐਸਾ ਹੀ 2017 ਵਰਗਾ ਇੱਕ ਸੀਨ ਬਣਦਾ ਨਜ਼ਰ ਆ ਰਿਹਾ ਕਿ ਹੁਣ ਭੰਡੀ ਕਰਨੀ ਤਾਂ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਬੈਕ ਟੂ ਬੈਕ ਟਵੀਟਸ ਦਾ ਹੁਣ ਜਵਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੇਣਾ ਸ਼ੁਰੂ ਕਰਤਾ ਹੈ। ਨਵਜੋਤ ਕੌਰ ਸਿੱਧੂ ਦੇ ਜਿਹੜਾ ਇੱਕ ਆਊਟਸਪੋਕਨ ਸੁਭਾਅ ਉਹਨੂੰ ਕੌਣ ਨਹੀਂ ਜਾਣਦਾ, ਕਿ ਹੋ ਸਕਦਾ ਹੁਣ ਕਿ ਜਿਹੜੀ ਕਾਂਗਰਸ ਦੀ ਆਲਰੇਡੀ ਜਿਹੜੀ ਖਰਾਬ ਛਵੀ ਹੈ ਉਹਨੂੰ ਛੱਡ ਕੇ ਅਤੇ ਆਮ ਆਦਮੀ ਪਾਰਟੀ ਦੀ ਜਿਹੜੀ ਹਵਾ ਹਜੇ ਨਿਚਲੇ ਲੈਵਲ 'ਤੇ ਚੱਲ ਰਿਹਾ, ਕਹਿੰਦੇ ਅੰਡਰ ਕਰੰਟ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਉਹਨੂੰ ਉਭਾਰਨ ਲਈ ਇੱਕ ਲਹਿਰ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਆਪਣਾ ਜ਼ੋਰ ਲਗਾ ਸਕਦੇ ਨੇ ਪੰਜਾਬ ਦੇ ਵਿੱਚ? ਦੇਖੋ ਪਹਿਲਾਂ ਤਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਇੱਕ ਰੋਂਡੀ ਪਿੱਟਣ ਵਾਲੀ, ਉਹ ਥੋੜ੍ਹਾ ਜਿਹਾ ਆਪਾਂ ਇਹਨੂੰ ਰਿਫਾਈਨ ਕਰ ਦਈਏ ਕਿ ਰਾਜਨੀਤੀ ਰੋਂਡੀ ਹੈ, ਸਿਆਸੀ ਰੋਂਡੀ ਹੈ ਇਹ, ਆਪਾਂ ਇਹਨੂੰ ਸਿਆਸੀ ਰੋਂਡੀ ਦਾ ਨਾਂ ਦੇ ਸਕਦੇ ਹਾਂ ਕਿ ਉਹ ਕਹਿੰਦਾ ਮੇਰੀ ਵਾਰੀ ਹੈ, ਉਹ ਕਹਿੰਦਾ ਮੇਰੀ ਵਾਰੀ ਹੈ। ਹੁਣ ਵਾਰੀ ਕਿਹਦੀ ਹੈ ਤਾਂ ਲੋਕਾਂ ਨੂੰ ਪਤਾ ਵੀ ਕਿਹਦੀ ਵਾਰੀ ਹੈਗੀ ਹੈ, ਪਰ ਹਾਲੇ ਤਾਂ ਅੱਗੇ ਮੁੱਦੇ ਹੀ ਨਹੀਂ ਹੱਲ ਹੋਏ, ਹਾਲੇ ਤਾਂ ਜਿਹੜੇ ਉਹ ਆਪਣੇ ਜਿਹੜੇ ਵਾਅਦੇ ਕੀਤੇ ਸੀ ਉਹ ਹੀ ਪੂਰੇ ਨਹੀਂ ਹੋਏ, ਹਾਲੇ ਤਾਂ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਨਾਰਾਜ਼ ਨੇ ਕਿ 72 ਸਾਲਾਂ ਦੇ ਵਿੱਚ ਜੋ ਕੁਛ ਵੀ ਹੋਇਆ ਇਹਨਾਂ ਦੋਹਾਂ ਰਵਾਇਤੀ ਪਾਰਟੀਆਂ ਕਰਕੇ ਸਾਡਾ ਇਹ ਹਾਲ ਹੈ। ਹਾਲੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਮੁੱਦੇ ਹੱਲ ਹੋਣੇ ਬਾਕੀ ਨੇ, ਲੋਕਾਂ ਦੀ ਨਬਜ਼ ਟਟੋਲਣੀ ਬਾਕੀ ਹੈ, ਵਾਰੀ ਜਿਹੜੀ ਹੈ ਉਹ ਕਿਹਦੀ ਹੈਗੀ ਹਾਲੇ ਤਾਂ ਭਵਿੱਖ ਦੇ ਗਰਭ 'ਚ ਹੈ। ਅਤੇ ਰੋਂਡੀ ਜਿਹੜੀ ਹੈ ਸਿਆਸੀ, ਇਹ ਆਪਾਂ ਕਹਿ ਸਕਦੇ ਹਾਂ ਵੀ ਸਿਆਸੀ ਰੋਂਡੀ ਜ਼ਰੂਰ ਚੱਲ ਰਹੀ ਹੈ, ਅਤੇ ਉਹਦੇ ਲਈ ਜਿਹੜੀ ਹੈ ਉਸਨੇ ਅਸਲ ਮੁੱਦੇ ਦੱਬ ਕੇ ਰੱਖ ਦਿੱਤੇ ਨੇ। ਹੁਣ ਆਈਏ ਆਪਾਂ ਨਵਜੋਤ ਸਿੰਘ ਸਿੱਧੂ ਹੋਣਾ ਦੀ, ਜਿਹੜੇ ਸਿੱਧੂ ਜੋੜੇ ਦੇ ਵੱਲੋਂ ਜਿਸ ਤਰ੍ਹਾਂ ਦੀ ਗੱਲ ਤੁਸੀਂ ਗੱਲ ਕੀਤੀ ਹੈ ਕਿ ਸਿੱਧੂ ਜੋੜਾ ਜਦੋਂ ਵੀ ਰਾਜਨੀਤੀ ਦੇ ਵਿੱਚੋਂ ਛਾਲ ਮਾਰ ਕੇ ਦੂਜੇ ਪਾਸੇ ਜਾਂਦਾ ਤਾਂ ਉਸ ਤੋਂ ਪਹਿਲਾਂ ਉਹ ਕਿਤੇ ਨਾ ਕਿਤੇ ਇੱਕ ਵੱਡੀ ਕੰਪੇਨ ਛੇੜਦਾ, ਵੱਡਾ ਜਿਹੜਾ ਉਹ ਇੱਕ ਲਹਿਰ ਛੇੜਦਾ ਵੀ ਅਸੀਂ ਇਸ ਕਰਕੇ ਨਿਕਲ ਕੇ ਜਾ ਰਹੇ ਹਾਂ। ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਜਿਸ ਤਰ੍ਹਾਂ ਦੀ ਰਾਜਨੀਤੀ ਸਮਝਦੇ ਵਾਲੇ ਲੋਕ ਨੇ ਉਹ ਅੱਜ ਕੱਲ੍ਹ ਇਹ ਚਰਚਾਵਾਂ ਛਿੜੀਆਂ ਨੇ ਉਹਦੇ ਮੁਤਾਬਕ ਕਿ ਨਵਜੋਤ ਸਿੰਘ ਸਿੱਧੂ ਹੋਣਾ ਦੇ, ਤੁਸੀਂ ਯਾਦ ਹੋਏਗਾ ਕਿ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਉਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਜਿਹੜੇ ਸੀਗੇ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਜੀ। ਨਵਜੋਤ ਸਿੰਘ ਸਿੱਧੂ ਉਸ ਵੇਲੇ ਉਸ ਤੋਂ ਪਹਿਲਾਂ ਜਿਹੜੇ ਸੀਗੇ ਉਹ ਰਾਜ ਸਭਾ ਦੇ ਮੈਂਬਰ ਸੀਗੇ ਭਾਰਤੀ ਜਨਤਾ ਪਾਰਟੀ, ਤਾਂ ਉਹਨਾਂ ਨੇ ਰਾਜ ਸਭਾ ਦੀ ਮੈਂਬਰੀ ਛੱਡ ਦਿੱਤੀ, ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਹਨਾਂ ਨੇ ਵਿਧਾਇਕੀ ਤਾਂ ਨਹੀਂ ਛੱਡੀ, ਪਰ ਪ੍ਰਚਾਰ ਦੇ ਵਿੱਚ ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਉਹਨਾਂ ਨੇ ਸਾਥ ਦਿੱਤਾ ਕਿ ਹਾਂ ਇਹਨਾਂ ਨੇ ਮਾੜਾ ਕੀਤਾ, ਇਹਨਾਂ ਨੇ ਉਹ ਕੀਤਾ, ਇਹਨਾਂ ਨੇ ਜੋ ਕੀਤਾ, ਬਾਦਲਾਂ ਦੇ ਖਿਲਾਫ਼ ਵੀ ਦੱਬ ਕੇ ਬੋਲੇ, ਉਹ ਜਿਹੜੇ ਉਹਦੇ ਖਿਲਾਫ਼ ਵੀ ਦੱਬ ਕੇ ਬੋਲੇ, ਆਪਣਾ ਭਾਜਪਾ ਦੇ ਖਿਲਾਫ਼ ਵੀ ਦੱਬ ਕੇ ਬੋਲੇ, ਸਿਰਫ ਇੱਕ ਨਹੀਂ ਬੋਲੇ ਤਾਂ ਅਰੁਣ ਜੇਤਲੀ ਦੇ ਖਿਲਾਫ਼ ਨਹੀਂ ਦੱਬ ਕੇ ਬੋਲੇ ਕਿਸੇ ਦੇ, ਉਹਨਾਂ ਨੇ ਕਿਹਾ ਵੀ ਮੈਂ ਅਰੁਣ ਜੇਤਲੀ ਦੇ ਖਿਲਾਫ਼ ਕੁਛ ਨਹੀਂ ਬੋਲਣਾ। ਸੋ ਉਹ ਇੱਕ ਲਹਿਰ ਬਣਾਈ ਅਤੇ ਲਹਿਰ ਦਾ ਫਾਇਦਾ ਜਿਹੜਾ ਸਿੱਧਾ ਸਿੱਧਾ ਜਿਹੜਾ ਉਹ ਕਾਂਗਰਸ ਨੂੰ ਹੋਇਆ ਜੀ। ਜਿਹੜੇ ਅੱਜ ਕਹਿ ਰਹੇ ਨੇ ਕਿ ਸੱਤਾ ਦਾ ਸੁੱਖ ਭੋਗ ਕੇ ਜਿਹੜੇ ਸਿੱਧੂ ਨੇ ਉਹ ਨਿਕਲ ਜਾਂਦੇ ਨੇ, ਇਹ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਸੱਤਾ ਮਿਲੀ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਧੂ ਦਾ ਵੱਡਾ ਯੋਗਦਾਨ ਰਿਹਾ ਜੀ। ਹੁਣ ਆਈਏ ਕਿ ਜਿਹੜਾ ਇਸ ਵੇਲੇ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਵੱਲੋਂ ਜਿਸ ਤਰ੍ਹਾਂ ਦਾ ਜਿਹੜੀ ਇੱਕ ਲਹਿਰ ਛੇੜੀ ਗਈ ਹੈ, ਦੇਖੋ ਇੱਕ ਇਸ ਲਹਿਰ ਦੇ ਵਿੱਚ ਨਾ ਤਾਂ ਫਾਇਦਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਿੱਧੇ ਹਮਲੇ ਹੋ ਰਹੇ ਨੇ, ਅਤੇ ਨਾ ਹੀ ਫਾਇਦਾ ਹੋਏਗਾ ਕਾਂਗਰਸ ਨੂੰ, ਕਿਉਂਕਿ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਉਨਾ ਹੀ ਜਿੰਨਾ ਕਿ ਸ਼੍ਰੋਮਣੀ ਅਕਾਲੀ ਦਲ ਸੀ। ਉਹ ਤਾਂ ਕਹਿੰਦੇ ਘਿਓ ਖਿਚੜੀ ਹੈ ਨਾ ਵੀ ਕਾਂਗਰਸ ਘਿਓ ਖਿਚੜੀ ਹੈ, ਅਤੇ ਇਹਦੇ ਵਿੱਚ ਵਿਧਾਇਕ ਵੀ ਸਾਰੇ ਰੌਲਾ ਪਾ ਰਹੇ ਨੇ ਵੀ ਸਾਨੂੰ ਦੇ ਉੱਤੇ ਜਿਹੜੇ ਆ ਉਹ ਰਲੇ ਹੋਣ ਦਾ ਜਿਹੜਾ ਇਲਜ਼ਾਮ ਲੱਗ ਰਹੇ ਨੇ।
ਸੁੱਖੀ ਰੰਧਾਵਾ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕੱਲ੍ਹ ਇੱਕ ਇੰਟਰਵਿਊ ਦੇ ਵਿੱਚ ਸਿੱਧਾ ਪੁੱਛਿਆ ਗਿਆ ਕਿ ਤੁਹਾਡੇ ਤੇ ਦੋਸ਼ ਲੱਗ ਰਹੇ ਨੇ ਕਿ ਤੁਸੀਂ ਘਿਓ ਖਿਚੜੀ ਹੋ, ਤਾਂ ਉਹਨਾਂ ਦਾ ਕਹਿਣਾ ਸੀ ਕਿ 14 ਸਾਲ ਲੱਗੇ ਮੈਨੂੰ ਆਪਣੇ ਕੇਸ ਦੇ ਵਿੱਚੋਂ ਰਿਹਾਅ ਹੋਣ ਲੱਗਿਆ, ਮੈਂ ਇਹਨਾਂ ਨੂੰ ਛੱਡ ਦਾਂਗਾ ਕਹਿੰਦੇ, ਮੈਂ ਇਹਨਾਂ ਨੂੰ ਨਹੀਂ ਛੱਡਣ ਲੱਗਾ। ਪਰ ਗੱਲ ਇਹ ਕਹਿੰਦਾ ਮੈਂ ਕਿੱਦਾਂ ਸਿੱਧਾ ਫੜ ਕੇ ਕਿਵੇਂ ਮੈਂ ਜੇਲ੍ਹ 'ਚ ਭੇਜਦਾ ਇਹਨਾਂ ਨੂੰ, ਕੋਈ ਵੀ ਕੋਈ ਰਾਹ ਹੁੰਦਾ ਕਿਸੇ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਅੰਦਰ ਕਰ ਸਕਦੇ ਹਾਂ, ਐਵੇਂ ਥੋੜ੍ਹੀ ਕਰ ਸਕਦੇ ਹਾਂ। ਇਹਨਾਂ ਦੇ ਉੱਤੇ ਪਰਚਾ ਵੀ ਹੋਏਗਾ, ਇਹਨਾਂ ਦੇ ਉੱਤੇ ਇਹਨਾਂ ਦੀ ਜਾਂਚ ਵੀ ਬੈਠੇਗੀ, ਪਰਚਾ ਵੀ ਹੋਏਗਾ, SIT ਬਣੇਗੀ, ਪਰਚਾ ਵੀ ਹੋਏਗਾ, ਇਹਨਾਂ ਦੇ ਉਹਦੇ ਵਿੱਚ ਚਲਾਨ ਵੀ ਪੇਸ਼ ਕੀਤਾ ਜਾਏਗਾ, ਅਤੇ ਇਹਨਾਂ ਨੂੰ ਅੱਗੇ ਚੱਲ ਕੇ ਕਾਰਵਾਈਆਂ ਦੇ ਨਾਲ ਜਿਹੜਾ ਉਹ ਸਜ਼ਾਵਾਂ ਮਿਲਣਗੀਆਂ, ਸਜ਼ਾ ਵੀ ਮਿਲਣਗੀਆਂ। ਪਰ ਇਹ ਸਵਾਲ ਇੱਥੇ ਫਿਰ ਖੜ੍ਹਾ ਹੁੰਦਾ ਕਿ ਵਕਤ ਜਿਹੜਾ ਉਹ 6 ਮਹੀਨੇ ਦਾ ਮਿਲਿਆ ਉਹਨੂੰ, 6 ਮਹੀਨੇ ਦੇ ਵਿੱਚ ਵਿੱਚ ਜੇਕਰ ਜਾਂਚ ਹੁੰਦੀ ਹੈ, ਜਾਂਚ ਹੋਣ ਤੋਂ ਬਾਅਦ ਜਿਹੜਾ ਚਲਾਨ ਪੇਸ਼ ਕੀਤਾ ਜਾਂਦਾ, ਚਲਾਨ ਅਦਾਲਤ ਦੀ ਕਾਰਵਾਈ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਰੋਕ ਸਕਦੇ, ਜਾਂ ਤਾਂ ਤੁਹਾਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਲਿਆਉਣਾ ਪਏਗਾ ਸਾਰਾ ਕੁਛ। ਅਤੇ ਜੇ ਫਾਸਟ ਟਰੈਕ ਕੋਰਟ ਦੇ ਵਿੱਚ ਆਉਂਦਾ ਤਾਂ ਉਹ ਡੇ ਬਾਈ ਡੇ ਪ੍ਰੋਸੀਡਿੰਗ ਜਿਹੜੀ ਆਉਂਦੀ ਹੈ ਉਹਦੇ 'ਚ ਚੱਲ ਪੈਂਦੀ ਹੈ। ਪਰ ਕੁੱਲ ਮਿਲਾ ਕੇ ਜਿਹੜਾ ਇਹਦਾ ਸਾਰਾ ਦਾ ਸਾਰਾ ਫਾਇਦਾ ਹੈਗਾ ਉਹ ਦੋਵਾਂ ਧਿਰਾਂ ਦੀ ਲੜਾਈ ਦੇ ਵਿੱਚ ਤੀਜੀ ਧਿਰ ਨੂੰ ਹੋ ਰਿਹਾ, ਇੱਕ ਅਸਿੱਧੇ ਢੰਗ ਨਾਲ ਉਹ ਤੀਜੀ ਧਿਰ ਆ ਆਮ ਆਦਮੀ ਪਾਰਟੀ, ਅਤੇ ਉਹੋ ਹੀ ਸ਼ੱਕ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਹੜੀ ਆ ਉਹ ਜ਼ਾਹਰ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕੱਲ੍ਹ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਮੇਰੀ ਜਾਣਕਾਰੀ ਦੇ ਅਨੁਸਾਰ ਇਹ 3 ਤੋਂ 4 ਵਾਰੀ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਮਿਲ ਚੁੱਕੇ ਨੇ, ਪਟਿਆਲਾ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ। ਹੁਣ ਕਹਿੰਦੇ ਕਾਂਗਰਸ ਦੇ ਵਿੱਚ ਪਟਿਆਲੇ ਤੋਂ ਤਾਂ ਮੈਂ ਹਾਂ ਕੈਂਡੀਡੇਟ, ਅਤੇ ਜੇ ਮੈਂ ਹਾਂ ਕੈਂਡੀਡੇਟ ਪਟਿਆਲੇ ਤੋਂ ਤਾਂ ਫਿਰ ਇਹ ਕਿਸੇ ਹੋਰ ਪਾਰਟੀ ਤੋਂ ਲੜਨਗੇ ਨਾ ਜੀ, ਫਿਰ ਕਾਂਗਰਸ ਤੋਂ ਤਾਂ ਲੜਨਗੇ ਨਹੀਂ, ਅਤੇ ਜੇ ਕਿਸੇ ਹੋਰ ਪਾਰਟੀ ਤੋਂ ਲੜਨਗੇ ਤਾਂ ਫਿਰ ਆ ਜਾਣ ਕਹਿੰਦੇ ਜਮਾਨਤ ਜ਼ਬਤ ਕਰਾ ਕੇ ਭੇਜੂ। ਜੇ ਜੇ ਸਿੰਘ ਦੀ ਜਮਾਨਤ ਜੱਪ ਹੋਈ ਹੈ ਨਾ, ਕਹਿੰਦਾ ਤੁਹਾਡੀ ਵੀ ਭੇਜੂਗਾ ਜੀ, ਭਾਵੇਂ ਕਿ ਜੇ ਜੇ ਸਿੰਘ ਨੇ ਕਾਫੀ ਕੁਛ ਬਾਅਦ ਵਿੱਚ ਆਪਣੇ ਬਿਆਨ ਵੀ ਦਿੱਤੇ ਨੇ ਕਿ ਤੂੰ ਮੈਂ ਤਾਂ ਚੋਣ ਹਾਰਿਆ, ਤੁਸੀਂ ਜ਼ਮੀਰ ਹਾਰ ਗਏ। ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣੇ ਜਿਹੜਾ ਉਹਦੇ ਵਿੱਚ ਜੋ ਖਦਸ਼ੇ ਜ਼ਾਹਰ ਕੀਤੇ ਸੀਗੇ ਕਿ ਇਹ ਆਮ ਆਦਮੀ ਪਾਰਟੀ 'ਚ ਜਾਣ ਦੀ ਤਿਆਰੀ 'ਚ ਨੇ, ਅਤੇ ਉਹ ਖਦਸ਼ੇ ਕਿਤੇ ਨਾ ਕਿਤੇ ਜਿਹੜੇ ਉਹ ਸਹੀ ਹੁੰਦੇ ਨਜ਼ਰ ਆ ਰਹੇ ਨੇ। ਲੇਕਿਨ ਜੇਕਰ ਆਪਾਂ ਡੂੰਘੀ ਸੋਚ ਨਾਲ ਵੇਖੀਏ ਤਾਂ ਡੂੰਘੀ ਸੋਚ ਇਹ ਵੀ ਨਾਲ ਕਹਿੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਜਿਹੜਾ ਸ਼ੁਰੂ ਤੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸਵੀਕਾਰਿਆ ਨਹੀਂ ਹੈਗਾ ਜੀ, ਉਹ ਨਹੀਂ ਚਾਹੁੰਦੇ ਸੀ ਕਿ ਕਾਂਗਰਸ ਦੇ ਵਿੱਚ ਆਉਣਾ, ਅਤੇ ਜੇ ਉਹ ਕਾਂਗਰਸ ਦੇ ਵਿੱਚ ਰਹੇ ਵੀ ਕਿਸੇ ਚੀਜ਼ ਦੇ ਦਮ ਦੇ ਉੱਤੇ ਤਾਂ ਉਦੋਂ ਵੀ ਉਹਨਾਂ ਦੇ ਖਿਲਾਫ ਲਗਾਤਾਰ ਉਹ ਅਤੇ ਉਹਨਾਂ ਦੇ ਮੰਤਰੀਆਂ ਦਾ ਇੱਕ ਗਰੁੱਪ ਜਿਹੜਾ ਸੀਗਾ ਉਹਨਾਂ ਵੱਲੋਂ ਲਗਾਤਾਰ ਜਿਹੜੇ ਸੀ ਉਹ ਬਿਆਨਬਾਜ਼ੀ ਹੁੰਦੀ ਰਹੀ। ਇੱਥੋਂ ਤੱਕ ਵੀ ਇੱਕ ਹਾਲਾਤ ਅਜਿਹੇ ਬਣੇ ਕਿ ਉਹਨਾਂ ਕੋਲੋਂ ਉਹਨਾਂ ਦਾ ਮਹਿਕਮਾ ਖੋਲਿਆ ਗਿਆ, ਉਹਨਾਂ ਨੂੰ ਬਿਜਲੀ ਮਹਿਕਮਾ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਕਿ ਉਹਨਾਂ ਨੇ ਇਨਕਾਰ ਕਰਤਾ, ਅਤੇ ਇੱਕ ਵਾਰ ਇੰਝ ਲੱਗਦਾ ਸੀ ਵੀ ਨਵਜੋਤ ਸਿੰਘ ਸਿੱਧੂ ਹੁਣ ਪਾਰਟੀ ਛੱਡ ਦੇਣਗੇ ਜੀ। ਅਤੇ ਮੈਂ ਇਹ ਸਮਝਦਾ ਕਿ ਇਹੀ ਚਰਚਾ ਹੈਗੀ ਹੈ ਕਿ ਇਹ ਗੱਲ ਨਵਜੋਤ ਸਿੰਘ ਸਿੱਧੂ ਨਹੀਂ ਚਾਹੁੰਦੇ ਕਿ ਜਿਹੜੀ ਚੀਜ਼ ਉਹਨਾਂ ਦੇ ਵਿਰੋਧੀ ਚਾਹ ਰਹੇ ਨੇ ਕਿ ਉਹ ਆਪਣੇ ਆਪ ਪਾਰਟੀ ਛੱਡ ਕੇ ਚਲੇ ਜਾਣ, ਕਿ ਮੇਰੀ ਵਾਰੀ ਜਿਹੜੀ ਹੈ ਉਹ ਰੋਂਡੀ ਵਾਲੀ ਜਿਹੜੀ ਉਹ ਰੌਲਾ ਹੀ ਮੁੱਕ ਜੇ, ਅਤੇ ਉਹ ਜਿਹੜੇ ਨਵਜੋਤ ਸਿੰਘ ਸਿੱਧੂ ਕਦੇ ਨਹੀਂ ਜਾਣਗੇ ਕਿ ਮੈਂ ਜੋ ਉਹ ਚਾਹੁੰਦੇ ਨੇ ਉਹਦੇ ਮੁਤਾਬਕ ਮੈਂ ਨਿਕਲ ਜਾਂ। ਪਰ ਇੱਥੇ ਕੁਲਵੰਤ ਜੀ ਇੱਕ ਗੱਲ ਉਹ ਵੀ ਤਾਂ ਹੋ ਸਕਦੀ ਹੈ ਨਾ, ਵੀ ਖੇਡਾਂ ਨਾ ਖੇਡਣ ਦਵਾਂ ਵਾਲੀ ਗੱਲ ਵੀ ਹੋ ਸਕਦੀ ਹੈ, ਵੀ ਨਾ ਤਾਂ ਉਹ ਡੈਮੇਜ ਹੀ ਇੰਨਾ ਕਰ ਦੇਣਗੇ ਕਾਂਗਰਸ ਨੂੰ ਜਾਣ ਤੋਂ ਪਹਿਲਾਂ ਕਿ ਉਹਨਾਂ ਨੂੰ ਹੁਣ ਆਲਰੇਡੀ ਬਹੁਤ ਜ਼ਿਆਦਾ ਡੈਮੇਜ ਹੋ ਚੁੱਕਿਆ, ਕਿਉਂਕਿ ਜਿਹਨਾਂ ਨੇ ਸਮਝਣਾ ਦੇਖੋ ਇਸ਼ਾਰਿਆਂ ਦੇ ਵਿੱਚ ਤਾਂ ਸਾਰੀ ਗੱਲਾਂ ਸਮਝ ਹੀ ਗਏ ਨੇ ਕਿ ਜਿਵੇਂ ਉਹ ਵਿੱਚ ਕਰ ਰਹੇ ਨੇ। ਉਹਨਾਂ ਨੇ ਪਹਿਲਾਂ ਗੱਲ ਕੀਤੀ ਇੱਕ ਪ੍ਰੈਸ ਕਾਨਫਰੰਸ ਜਦੋਂ ਸ਼ੁਰੂ 'ਚ ਹੋਈ ਸੀਗੀ, ਜਦੋਂ ਅਤੁਲ ਲੰਧਾਵਾ ਨੇ ਕੇਸ ਹਾਰੇ ਸੀਗੇ ਵਿਜੇ ਪ੍ਰਤਾਪ ਹੋਣਾ ਦਾ, ਉਹਨਾਂ ਨੇ ਉਦੋਂ ਗੱਲ ਕੀਤੀ ਸੀ ਕਿ ਜਦੋਂ ਸਾਡੇ ਗੁਰੂ ਦੀ ਗੱਲ ਆਉਂਦੀ ਹੈ ਤਾਂ ਐਡਾ ਮਤਲਬ ਇਸ ਤੋਂ ਵਧੀਆ ਵਕੀਲ ਕੀਤਾ ਜਾ ਸਕਦਾ ਸੀ, ਉਹਨਾਂ ਦਾ ਕਹਿਣਾ ਸੀਗਾ ਕਿ ਦੁਨੀਆ ਦਾ ਸਭ ਤੋਂ ਵਧੀਆ ਵਕੀਲ ਇਸ ਕੇਸ ਦੇ ਲਈ ਕੀਤਾ ਜਾਣਾ ਚਾਹੀਦਾ ਸੀਗਾ। ਅਤੇ ਜਦੋਂ ਇਹੀ ਗੱਲ ਭਗਵੰਤ ਮਾਨ ਹੋਣੀ ਕਰ ਰਹੇ ਹਾਂ, ਇਹੀ ਗੱਲ ਜਿਹੜੇ ਆਮ ਆਦਮੀ ਪਾਰਟੀ ਦੇ ਹੋਰ ਮੈਂਬਰਸ ਕਰ ਰਹੇ ਹਾਂ, ਇੱਕ ਸੁਰ ਤਾਂ ਉਹਨਾਂ ਨਾਲ ਹੋ ਹੀ ਗਏ ਇਹ। ਦੂਜੀ ਗੱਲ ਇਹ ਆਉਂਦੀ ਹੈ ਕਿ ਉਹਨਾਂ ਨੇ ਹੁਣ ਘਿਓ ਖਿਚੜੀ ਵਾਲੀ ਗੱਲ ਹੈ ਜਿਹੜੀ, ਇਹ ਵੀ ਉਹਨਾਂ ਨੇ ਸਿੱਧੀ ਤੌਰ 'ਤੇ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਸਾਡੇ ਦੇ ਉੱਪਰ ਸ਼ੱਕ ਹੋ ਰਿਹਾ। ਫਿਰ ਉਹਨਾਂ ਦਾ ਟਵੀਟ ਆਇਆ ਸੀਗਾ ਜਿਹਦਾ ਸਿਰਲੇਖ ਸੀਗਾ ਕਿ ਹਮ ਤੋਂ ਡੂਬੇਂਗੇ ਸਨਮ ਤੁਮਕੋ ਵੀ ਲੈ ਡੂਬੇਂਗੇ। ਮਤਲਬ ਇਹੋ ਜਿਹੀਆਂ ਗੱਲਾਂ ਤੋਂ ਸਿੱਧੇ ਤੌਰ ਦੇ ਉੱਤੇ ਇਹ ਦੇਖਣ ਨੂੰ ਤਾਂ ਮਿਲਦਾ ਕਿ ਉਹ ਹੁਣ ਜਿਹੜਾ ਇੰਟਰਨਲ ਡੈਮੇਜ ਆ ਉਹ ਕਰਨਾ ਸ਼ੁਰੂ ਕਰ ਦਿੱਤਾ। ਦੂਜੀ ਗੱਲ ਕਰਾਂਗੇ ਆਪਾਂ ਕੈਪਟਨ ਰਮਰਿੰਦਰ ਸਿੰਘ ਹੋਣਾ ਦੀ, ਜਦੋਂ ਉਹ ਗੱਲ ਕਰਦੇ ਨੇ ਕਿ ਤੁਹਾਡੀ ਵੀ ਜ਼ਮਾਨਤ ਇੱਥੇ ਜ਼ਬਤ ਹੋਏਗੀ, ਤਾਂ ਇੱਥੇ ਸਿੱਧੂ ਮੂਸੇਵਾਲੇ ਦੇ ਕੁਛ ਜਿਹੜੇ ਵਰਡ ਨੇ ਉਹ ਯਾਦ ਆਉਂਦੇ ਨੇ, ਉਹ ਕਹਿੰਦੇ ਹੰਕਾਰ ਨਹੀਂ ਹੈ ਰੁਤਬਾ ਮੂਸੇਵਾਲੇ ਦਾ। ਹੁਣ ਇਹ ਹੰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦਾ ਜਾਂ ਰੁਤਬਾ ਹੈ ਵੀ ਉਹਨਾਂ ਨੂੰ ਇੰਨਾ ਆਪਣੀ ਜਿਹੜੀ ਕੰਸਟੀਟੂਐਂਸੀ ਹੈ ਉਹਦੇ ਉੱਪਰ ਇੰਨਾ ਮਾਣ ਹੈ ਕਿ ਇੱਥੋਂ ਉਹ ਕਿਸੇ ਬਾਹਰਲੇ ਬੰਦੇ ਨੂੰ ਮਤਲਬ ਨਹੀਂ ਜਿਤਾਉਣਗੇ। ਪਰ ਦੇਖਣਾ ਇਹ ਹੈ ਕਿ ਜਿਹੜੇ ਜੇਜੇ ਸਿੰਘ ਸੀਗੇ ਉਹਨਾਂ ਨੂੰ ਪੈਰਾਸ਼ੂਟ ਨਾਲ ਇੱਥੇ ਉਤਾਰਿਆ ਗਿਆ ਸੀਗਾ, ਨਵਜੋਤ ਸਿੰਘ ਸਿੱਧੂ ਪਟਿਆਲੇ ਦਾ ਜੰਮਿਆ ਪਲਿਆ, ਇੱਥੋਂ ਹੀ ਉਹ ਸਟਾਰ ਬਣ ਕੇ ਬਾਹਰ ਨਿਕਲਿਆ, ਅਤੇ ਹੋ ਸਕਦਾ
कि इन्हां दोनों की टक्कर दे विच बहुत ही एक इंटरस्टिंग है जिहड़ी बड़ी छोटी मार्जिन की जिहड़ी है जित है किसी भी पासे दी तां सानूं देखण नूं मिले। देखो जिस तरह तुसीं गल कीती है कि वधिया वकील किते जाण दी, वी वधिया वकील किते जाणे चाहीदे सी, विरोधी भी मंग कर रहे हैं, पंजाब के जिहड़े विधायक ने कांग्रेसी वह भी मंग कर रहे हैं जी। कैप्टन अमरिंदर सिंह उन्होंने कल अपनी एक इंटरव्यू दे विच एक साफ किया कि जिहड़े वकील सीगे अतुल नंदा होणा नूं ते होरां नूं मैं कहा सीगा, अतुल नंदा दा इहदे विच कोई कसूर नहीं, अतुल नंदा ने अपनी कार्रवाई जिहड़ी आ उह वधिया ढंग नाल इहदे विच कीती है, अतुल नंदा दा इक वार उन्होंने फिर बचा किया जी। तो उन्होंने कहा भी जिहड़े दो वकील किए गए सी, एक लुथरा ते एक नाम उन्होंने होर लिया सीगा जी, भी उह भारत दी सुप्रीम कोर्ट दे विच नंबर एक ते नंबर दो वकील सीगे, सब तो वधिया वकील सी उह जी, भारत की सुप्रीम कोर्ट के केस लड़ते हैं, तो उन्होंने एक तो कहते करोना हो गया सी, तो नंबर दो जो लूथरा से उन्होंने अंदर जो जो बहस की अंदर केस लड़िया से, अपने वालों तो कहते असं सब तो बेस्ट केस जो वकील किए थे, पर अगे चल के जी एक हूँ जे एक जो फैसला आया एक जज ने ही जो राजनीति तो प्रेरित फैसला दे दिता, एक जज ने जो जी चीज़ की प्रेयर की नहीं गई पटीशन उस तो भी बाहर जाके फैसला देता, तो कहना मैं तो यह समझदा कि सीधा सीधा बादलों को क्लीन चेट देती है, एक गल थोड़ी बनती है, कहना जो मैंने बुला भी लेंदे तो मैं सीधा जाके कहंगा भी तुम्हें जी गल गलत की हैगी, फिर कंटैप्ट ऑफ कोर्ट नहीं, कंटैप्ट ऑफ कोर्ट है, सीधा कंटैप्ट ऑफ कोर्ट है जी। पर अगे चल के हम देखते हैं भी अदालत इस की संज्ञान लेंदी है, पर अदालत के विरुद्ध सीधा बोले ने वो भी अदालत ने जो कुछ भी किया गलत किया तो जज ने अपने कोलों ही जो सारा कुछ कर दिता है। सो जो पिन पॉइंट किया जो उन्होंने मैं मेरे को कुछ पॉइंट नोट ने ये बारे कि बगैर सुने ही कहना बादलों बनी का बरी करता है ना, तो दूजा जड़ा जेडे पिन पॉइंट किया मतलब वो वो गल ही नहीं सी जिस गल के उत्ते उन्होंने फैसला सुनाता, उन्होंने अधिकार खेत्र के नहीं आता सो जो जिन्होंने उत्ते उन्होंने फैसला सुना दिता, तो कहना ये सारा का सारा जोड़ा ये बादलों बचाने सारा काम किया गया। तो कुल मिला के राजनीति जी सारी घूमती कमाती एक भंबल भूसे एक बाँब रोले वाला हालात बन चुकी है जिसे अंदर नहीं बढ़ सकता कोई, बाँब रोले के अंदर जो बड़ूगा खतरनाक काम होया, ये बाँब रोला उस तरह बनया होया जिदे नाल जिदी ना तो लोगों को समझ आ रही है तो ना ही ये अंदर कोई बढ़ के देख पा रहा भी ये अंदर की है, एक भंबल भूसा पिया होया वह कहता वह कसूर है, वह कहता वह कसूर है, तो अंत च कैप्टन अमरिंदर सिंह कहते जी जज का कसूर है जिन्हें जोड़ा यह फैसला सुनाया तो जिन्हें जी जांच रिपोर्ट रद्द की जी। सो कुल मिला के हूँ देखा जाएगा हूँ अगली जी गल आएगी वो कोर्ट की आएगी भी कोर्ट की गल करती है भी कंटैम्प्ट ऑफ कोर्ट करती है या की करती है अगलिया गल् बाद चाहिए, पर जिस तरीके नवजोत सिंह सिद्धू हुणी इस वेले ट्वीट करके कहते हैं कि हम तो डूबेंगे सर हम तुमको भी ले डूबेंगे, एक बड़ी गल है, उन्हों का मतलब यह है कि राजनीति दे विच भावें मैं जित ना सकां भावें मैं तुहाडे कोल आके मैं जित ना सकां पर जितना तुहानूं भी नहीं देंगा, क्योंकि जेकर दोवें बंदे इको मुकाबले दे होण जित खड़नगे तां फिर उहदा फायदा जिहड़ा उह तीजे बंदे नूं होएगा जी। हुण तुसीं इस गल नूं ला के चलो आपां दूजे पासे आईए कि जेकर 2017 दी विधानसभा चोणां दौरान कैप्टन अमरिंदर सिंह लंबी तो ना खड़े होंदे जी, लंबी तो उन्होंने बादलों के खिलाफ ना खड़े होंदे तो उत्थे जिहड़े सीगे ओह आम आदमी पार्टी का कैंडीडेट जित सकदा सी जी जी जी, क्योंकि कैप्टन अमरिंदर सिंह उत्थों जाके खड़े हो गए, उन्होंने वो वोटां तोड़तियां क्योंकि कैप्टन अमरिंदर सिंह अपने आप दे इक वड्डा सियासी कद सीगे, लोगों ने उन्हां नूं भी देखदे हुए वोटां उन्हां नूं पईआं, लेकिन जेकर कैप्टन अमरिंदर सिंह उत्थों ना खड़े होंदे तां जिहड़े बादल दल तो नाराज सी लोग वो सीधे सीधे जिहड़े सी आम आदमी पार्टी दे जरनैल सिंह उत्थे खड़े होए सीगे उन्हां नूं वोटां पै सकदियां सी। सो उही हालात इत्थे ने, जेकर इत्थे एक वड्डे कद दा आगू नवजोत सिंह सिद्धू छोटे नहीं हैगे ਵੱਡੇ ਕੱਦ ਦਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਖੜੇ ਹੁੰਦੇ ਨੇ ਤਾਂ ਕੀ ਹੋਏਗਾ, ਨਵਜੋਤ ਸਿੰਘ ਸਿੱਧੂ ਨੂੰ ਵੀ ਵੋਟਾਂ ਪੈਣਗੀਆਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵੋਟਾਂ ਪੈਣਗੀਆਂ, ਵੋਟਾਂ ਕਿਹਦੀਆਂ ਕੱਟੀਆਂ ਜਾਣਗੀਆਂ, ਕਾਂਗਰਸ ਦੀਆਂ ਕਾਂਗਰਸ ਪਾਰਟੀ ਦੀਆਂ, ਤੇ ਫਾਇਦਾ ਕਿਹਨੂੰ ਹੋਏਗਾ, ਉਹ ਤੀਜੀ ਧਿਰ ਨੂੰ ਹੋਏਗਾ ਜੀ। ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਉਹ ਉੱਥੇ ਬਾਦਲ ਖੜੇ ਹੋਏ ਸੀ, ਇੱਥੇ ਇਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਖੜੇ ਹੋ ਰਹੇ ਨੇ, ਤੇ ਉੱਥੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੁਣੇ ਜਿਹੜੇ ਜਦੋਂ ਖੜੇ ਹੋਏ ਤਾਂ ਜਿਹੜੀਆਂ ਵੋਟਾਂ ਉਹਨਾਂ ਨੂੰ ਪੈਣੀਆਂ ਸੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਰਨੈਲ ਸਿੰਘ ਹੁਣਾਂ ਨੂੰ, ਅਤੇ ਉਹ ਵੋਟਾਂ ਜਿਹੜੀਆਂ ਸੀਗੀਆਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਪੈ ਗਈਆਂ, ਬਾਦਲ ਨੂੰ ਜਿੰਨੀਆਂ ਵੋਟਾਂ ਪੈਣੀਆਂ ਸੀ ਉਨੀਆਂ ਪੂਰੀਆਂ ਹੀ ਪੈ ਗਈਆਂ, ਅਤੇ ਉਹ ਕੀ ਹੋਇਆ ਕਿ ਵੋਟਾਂ ਦਾ ਮਾਰਜਨ ਜਿਹੜਾ ਸੀ ਉਹ ਘੱਟ ਗਿਆ,
ਤੇ ਉਹਦੇ ਨਾਲ ਜਿੰਨੀਆਂ ਵੋਟਾਂ ਬਾਦਲ ਨੂੰ ਪੈਣੀਆਂ ਸੀ ਉਹਦੇ ਨਾਲ ਹੀ ਉਹ ਜਿੱਤ ਗਏ, ਜਦਕਿ ਜਿਹੜੀਆਂ ਜੇਕਰ ਉਹ ਵੋਟਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਪੈਂਦੀਆਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਜੇ ਜਰਨੈਲ ਸਿੰਘ ਹੋਣਾ ਨੂੰ ਪੈਂਦੇ ਤਾਂ ਜਰਨੈਲ ਸਿੰਘ ਹੋਣਾ ਦਾ ਜਿਹੜਾ ਵੋਟ ਮਾਰਜਨ ਸੀ ਉਹ ਵੱਧ ਜਾਂਦਾ, ਤਾਂ ਉਹੀ ਜਿਹੜੀ ਜਿੱਤ ਜਿਹੜੀ ਆ ਉਹ ਜਰਨੈਲ ਸਿੰਘ ਹੋਣ ਦੀ ਹੋ ਸਕਦੀ ਸੀ। ਸੋ ਨੁਕਸਾਨ ਜਿਹੜਾ ਉਹ ਸਿੱਧਾ ਸਿੱਧਾ ਕਾਂਗਰਸ ਪਾਰਟੀ ਨੂੰ ਹੋਏਗਾ ਇੱਥੇ ਆ ਕੇ। ਅੱਗੇ ਜਿੱਤ ਕਿਹਦੀ ਹੁੰਦੀ ਹੈ ਇਹ ਗੱਲ ਹਾਲੇ ਭਵਿੱਖ ਦੇ ਗਰਭ ਦੇ ਵਿੱਚ ਹੈ, ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਕਾਂਗਰਸ ਪਾਰਟੀ ਦਾ ਵੱਡਾ ਨੁਕਸਾਨ ਜਿਹੜਾ ਉਹ ਹੋਣ ਜਾ ਰਿਹਾ ਨਾ ਦੋਵਾਂ ਦੀ ਆਗੂਆਂ ਦੀ ਲੜਾਈ ਦੇ ਵਿੱਚ। ਜੀ ਹੈਦਰ ਫਿਲਮ ਆਈ ਸੀਗੀ ਸਰ 2000 ਮੇਰੇ ਖਿਆਲ 'ਤੇ 14-15 ਦੀ ਗੱਲ ਹੈ, ਅਤੇ ਉਸ ਟਾਈਮ ਦੇ ਵਿੱਚ ਫਿਲਮ ਦੇ ਵਿੱਚ ਇੱਕ ਡਾਇਲੋਗ ਆਉਂਦਾ, ਕਹਿੰਦੇ ਜਦੋਂ ਦੋ ਹਾਥੀ ਲੜਦੇ ਹੈ ਤਾਂ ਕੁਚਲੀ ਸਿਰਫ ਘਾਹ ਜਾਂਦੀ ਹੈ। ਦੋ ਹਾਥੀ ਇਸ ਟਾਈਮ ਲੜ ਰਹੇ ਨੇ ਰਾਜਨੀਤੀ ਦੇ, ਪੰਜਾਬ ਦਾ ਇਹਦੇ ਵਿੱਚ ਕੀ ਬਣੇਗਾ, ਪੰਜਾਬ ਦੇ ਮੁੱਦਿਆਂ ਦਾ ਕੀ ਬਣੇਗਾ, ਆਕਸੀਜਨ ਦੀ ਘਾਟ ਹੋ ਰਹੀ ਹੈ, ਲੋਕ ਸੜਕਾਂ 'ਤੇ ਮਰ ਰਹੇ ਨੇ, ਅੱਜ ਵੀ ਲਾ ਲਓ 600 ਤੋਂ ਉੱਪਰ 600 ਦੇ ਕਰੀਬ ਮਾਮਲੇ ਪਟਿਆਲਾ ਸ਼ਹਿਰ ਦੇ ਵਿੱਚ ਆਏ ਨੇ ਜਿੱਥੋਂ ਕੈਪਟਨ ਅਮਰਿੰਦਰ ਸਿੰਘ ਆਪ ਰਹਿੰਦੇ ਹੈ, ਹੁਣ ਤਾਂ ਚਲੋ ਫਾਰਮਾਸ ਦੇ ਉੱਤੇ ਜ਼ਿਆਦਾ ਰਹਿੰਦੇ ਨੇ, ਪਰ ਜਿਹੜੇ ਬੇਸਿਕ ਮੁੱਦੇ ਨੇ, 5 ਵਜੇ ਲੋਕਾਂ ਦੀਆਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ, 6 ਵਜੇ ਤੋਂ ਬਾਅਦ ਟੋਟਲ ਕਰਫਿਊ ਲਾਇਆ ਜਾ ਰਿਹਾ, ਲੋਕਾਂ ਦੇ ਕੋਲ ਖਾਣ ਨੂੰ ਨਹੀਂ ਪੀਣ ਨੂੰ ਨਹੀਂ, ਇਹ ਹੁਣ ਜਿਹੜੀਆਂ ਸਿਆਸੀ ਗੱਲਾਂ ਨੇ ਜਿਹੜੇ ਗੁਬਾਰੇ ਸਾਨੂੰ ਦਿੱਤੇ ਜਾ ਰਹੇ ਨੇ ਹੱਥਾਂ 'ਚ ਫੜਨ ਨੇ, ਉਹਦੇ ਨਾਲ ਉੱਡੀ ਇਹ ਕਿ ਉਹਦੇ ਨਾਲ ਆਕਸੀਜਨ ਲਈਏ, ਇਹ ਆਮ ਬੰਦੇ ਦਾ ਇਹਦੇ ਵਿੱਚ ਕੀ ਬਣੇਗਾ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਹਾਲਾਤ ਬਹੁਤ ਮਾੜੇ ਨੇ, ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਗੱਲ ਕਰੀਏ ਤਾਂ ਇੱਥੋਂ ਹਰ ਘੰਟੇ ਇੱਕ ਮੌਤ ਹੋ ਰਹੀ ਹੈ ਜੀ, ਇੱਕ ਵੱਡਾ ਜਿਹੜਾ ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਅਤੇ ਬੜੀ ਅਫਸੋਸ ਦੀ ਗੱਲ ਹੈ, ਅਤੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਘਰ ਉਜੜ ਰਹੇ ਨੇ ਉਹ ਉਹਨਾਂ ਦੇ ਦਿਲ ਦਾ ਦਰਦ ਜਿਹੜਾ ਉਹ ਕੋਈ ਨਹੀਂ ਸਮਝ ਸਕਦਾ, ਕਿਉਂਕਿ ਜਿਸ ਤਨ ਲਾ ਕੇ ਸੋ ਤਨ ਜਾਣੇ। ਲੋੜ ਤਾਂ ਇਸ ਵੇਲੇ ਇਹ ਸੀਗੀ ਕਿ ਇਹ ਸਾਰੀਆਂ ਰਾਜਨੀਤੀ ਜਿਹੜੀਆਂ ਇੱਕ ਪਾਸੇ ਛੱਡ ਦਿੱਤੀਆਂ ਜਾਂਦੀਆਂ ਸਿਰਫ ਅਤੇ ਸਿਰਫ ਜਿਹੜੀ ਆ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਂਦੀਆਂ। ਜੇਕਰ ਤੁਸੀਂ ਮਦਰਾਸ ਹਾਈ ਕੋਰਟ ਦਾ ਇੱਕ ਫੈਸਲਾ ਸੁਣੋ ਤਾਂ ਮਦਰਾਸ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਚੋਣ ਕਮਿਸ਼ਨ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਹੈ ਅਤੇ ਉਹਨਾਂ ਦੇ ਉੱਤੇ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਚੋਣ ਕਮਿਸ਼ਨ ਦੇ ਉੱਤੇ, ਕਿਉਂਕਿ ਇਸ ਦੌਰਾਨ ਉਹਨਾਂ ਨੇ ਮਹਾਂਮਾਰੀ ਦੇ ਦੌਰਾਨ ਉਹਨਾਂ ਨੇ ਇਲੈਕਸ਼ਨ ਕਰਵਾਈ ਅਤੇ ਉਸ ਤੋਂ ਬਾਅਦ ਇੱਕ ਹੋਰ ਮੰਗ ਉੱਠ ਖੜੀ ਹੋਈ ਕਿ ਜਿਹੜੇ ਸਟਾਰ ਕੰਪੇਨਰ ਸੀ ਉਹਨਾਂ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ, ਸੁਪਰ ਸਪਰੈਡਰ ਦਾ ਉਹਨਾਂ ਤੋਂ ਟੈਗ ਦਿੱਤਾ ਜਾਣਾ ਚਾਹੀਦਾ। ਠੀਕ ਹੈ, ਸੋ ਕੁੱਲ ਮਿਲਾ ਕੇ ਜਿਹੜਾ ਹੈ ਇਸ ਵੇਲੇ ਵੀ ਹਾਲਾਤ ਇੱਦਾਂ ਦੇ ਹੀ ਨੇ, ਅਤੇ ਜੇਕਰ ਇਸ ਮਾਮਲੇ ਦੇ ਵਿੱਚ ਆਪ ਇਹ ਉਲਝ ਕੇ ਰਹਿ ਜਾਂਦੇ ਨੇ, ਰਾਜਨੀਤੀ ਜਿਹੜੀ ਆ ਉਹ ਇਸ ਵੇਲੇ ਇਸ ਮਾਮਲੇ 'ਤੇ ਹਾਵੀ ਹੋ ਜਾਂਦੀ ਹੈ, ਤਾਂ ਨਾ ਸਿਰਫ ਜਿਹੜਾ ਕੋਵਿਡ-19 ਦਾ ਮਸਲਾ ਜਿਹੜਾ ਉਹ ਇੱਕ ਵੱਡਾ ਰੂਪ ਧਾਰ ਕਰ ਜਾਏਗਾ, ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਫਸਲਾਂ ਵੀ ਜਿਹੜੀਆਂ ਨੇ ਉਹ ਜਿਹੜੀਆਂ ਉਹ ਇਸ ਵੇਲੇ ਵੱਡਾ ਮਸਲਾ ਹੋਇਆ ਪਿਆ। ਕੈਪਟਨ ਅਮਰਿੰਦਰ ਸਿੰਘ ਹੋਣੀ ਤਾਂ ਕਹਿੰਦੇ ਨੇ ਕਿ ਜਿਹੜਾ ਅਸੀਂ ਪਿਛਲੇ ਸਾਲ ਨਾਲੋਂ ਵੱਧ ਜਿਹੜੀ ਫਸਲ ਇਸ ਟਾਈਮ ਤੱਕ ਚੁੱਕ ਲਈ ਹੈ, ਪਰ ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਇੱਕ ਵਾਰੇ ਹਾਲਾਤ ਉੱਥੋਂ ਕਿਸਾਨਾਂ ਨੂੰ ਧਰਨਾ ਚੁੱਕਣ ਦੇ ਹੋ ਗਏ ਹੋਣ ਤਾਂ ਕਿਸਾਨ ਇੱਕਦਮ ਜਿਹੜੇ ਨੇ ਉਹ ਆਉਂਦੇ ਨੇ ਪੰਜਾਬ ਦੇ ਵਿੱਚ, ਇੱਕਦਮ ਫਸਲਾਂ ਵੱਢਦੇ ਨੇ ਅਤੇ ਇੱਕੋ ਦਮ ਜਿਹੜੇ ਆ ਉਹ ਉਹਦੇ 'ਚ ਚਲੇ ਜਾਂਦੇ ਨੇ ਕਿ ਫਟਾਫਟ ਕੰਮ ਨਿਬੇੜ ਕੇ ਅਸੀਂ ਉੱਥੇ ਪਹੁੰਚੀਏ। ਉਹ ਫਟਾਫਟ ਦੇ ਨਾਲ ਜਿਹੜੀ ਆ ਫਸ ਇੰਨੀ ਕੁ ਜ਼ਿਆਦਾ ਜਿਹੜੀ ਆ ਉਹ ਤਾਦਾਦ ਦੇ ਵਿੱਚ ਜਿਹੜੀ ਉਹ ਫਸਲ ਆ ਗਈ ਮੰਡੀਆਂ ਦੇ ਵਿੱਚ ਕਿ ਉਸ ਨੂੰ ਉਸ ਜਿਹੜੇ ਉਹਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ, ਇਸ ਵੇਲੇ ਕੰਪੇਅਰ ਕਰਨ ਦਾ ਹੈ ਨਹੀਂ, ਮਿਲਾਨ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ ਸਾਲ ਇਸ ਟਾਈਮ ਕਿੰਨੀ ਚੱਕੀ ਗਈ ਸੀ ਅਤੇ ਹੁਣ ਕਿੰਨੀ ਚੱਕੀ ਗਈ। ਲੋੜ ਇਸ ਵੇਲੇ ਹੈ ਜਿੰਨੀ ਪਈ ਆ ਉਹ ਸਾਰੀ ਚੱਕੀ ਜਾਵੇ, ਅਤੇ ਇਸ ਵੇਲੇ ਕਿਸਾਨ ਵੀ ਔਖੇ ਨੇ, ਇਸ ਵੇਲੇ ਕੋਰੋਨਾ ਤੋਂ ਵੀ ਬਚਾਅ ਕਰਨਾ, ਇਸ ਵੇਲੇ ਜਿਹੜਾ ਲੋਕਾਂ ਦੀ ਜਾਨਾਂ ਵੀ ਬਚਾਉਣੀਆਂ ਨੇ, ਇਹ ਸਾਰੇ ਦੇ ਸਾਰੇ ਮੁੱਦੇ ਇਸ ਵੇਲੇ ਬਹੁਤ ਗੰਭੀਰ ਚੱਲ ਰਹੇ ਨੇ। ਲੋਕਾਂ ਨੂੰ ਰੁਜ਼ਗਾਰ ਜਿਹੜਾ ਉਹ 5 ਵਜੇ ਬੰਦ ਹੋ ਜਾਂਦਾ, ਉਹ ਇੱਕ ਉਹ ਹਾਲਾਤ ਹੋ ਗਏ ਨੇ ਕਿ ਸੋਸ਼ਲ ਮੀਡੀਆ ਦੇ ਵਿੱਚ ਲੋਕ ਮਜ਼ਾਕ ਕਰ ਰਹੇ ਨੇ ਕਿ ਮੁਬਾਰਕਾਂ ਕਿ ਕੈਪਟਨ ਸਰਕਾਰ ਨੇ ਜਿਹੜੇ ਉਹਨਾਂ ਨੂੰ ਜਿਹੜੀ 5 ਦਿਨ ਦੇ ਵੀਕ ਅਤੇ 8 ਘੰਟੇ ਦੀ ਡਿਊਟੀ ਦੇ ਜਿਹੜੇ ਨੇ ਉਹ ਮੰਗ ਮੰਨ ਲਈ ਹੈ ਕਿ ਦੁਕਾਨਦਾਰਾਂ ਦੀ ਵੀ। ਤੋ ਇਸ ਤਰ੍ਹਾਂ ਦੀ ਜਿਹੜੀ ਮਜ਼ਾਕ ਜਿਹੜੇ ਨੇ ਚੱਲ ਰਹੇ ਨੇ, ਮਜ਼ਾਕ ਬਣ ਕੇ ਰਹਿ ਗਈ ਹੈ ਚੀਜ਼ ਜਿਹੜੀ ਹੈ ਕਿ ਆਪਾਂ ਨੂੰ ਇਸ ਚੀਜ਼ ਨੂੰ ਲੈ ਕੇ ਸੀਰੀਅਸ ਹੋਣਾ ਪਏਗਾ। ਨਵਜੋਤ ਸਿੰਘ ਸਿੱਧੂ ਵੀ ਜੋ ਕਰ ਰਹੇ ਨੇ ਉਸ ਨੂੰ ਵੀ ਉਸ ਚੀਜ਼ ਨੂੰ ਰੋਕਣਾ ਪਏਗਾ ਕਿ ਹਲੇ ਇਹ ਵੇਲਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਨੇ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਉਸ ਲਈ ਇਨਸਾਫ ਚਾਹੀਦਾ, ਹਰ ਹਾਲਤ 'ਚ ਚਾਹੀਦਾ, ਪਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਲੋਕਾਂ ਦੀਆਂ ਜਾਨਾਂ ਕਿਵੇਂ ਬਚਾਉਣੀਆਂ ਨੇ। ਧਰਮ ਤਾਂ ਹੈ ਜੇ ਲੋਕ ਜ਼ਿੰਦਾ ਨੇ, ਤਾਂ ਜੇ ਲੋਕ ਜ਼ਿੰਦਾ ਹੀ ਨਹੀਂ ਹੈਗੇ ਤਾਂ ਫਿਰ ਧਰਮ ਕਿੱਥੇ ਰਹਿ ਗਿਆ? ਉਹੀ ਧਰਮ ਮੰਨਣਗੇ ਨਾ ਜਿਹੜੇ ਜ਼ਿੰਦਾ ਹੋਣਗੇ। ਜਿਹੜਾ ਮਰ ਗਿਆ, ਉਹ ਗੱਲ ਕਹਾਵਤ ਉੱਥੇ ਆ ਗਈ ਕਿ ਆਪ ਮਰੇ ਜੱਗ ਪਰਲੋ ਹੋਇਆ, ਜਦੋਂ ਆਪ ਹੀ ਮਰ ਗਏ ਤਾਂ ਫਿਰ ਧਰਮ ਕਿੱਥੇ ਰਹਿ ਗਿਆ ਪਿੱਛੇ? ਸੋ ਪਹਿਲਾਂ ਅਸਰ ਜਿਹੜੀ ਹੈਗੀ ਹੈ, ਸਾਨੂੰ ਜਾਨਾਂ ਬਚਾਉਣ ਦੀ ਲੋੜ ਹੈ, ਲੋਕਾਂ ਨੂੰ ਆਕਸੀਜਨ ਪਹੁੰਚਾਉਣ ਦੀ ਲੋੜ ਹੈ, ਲੋਕਾਂ ਨੂੰ ਦਵਾਈਆਂ ਪਹੁੰਚਾਉਣ ਦੀ ਲੋੜ ਹੈ, ਜਿੱਥੇ ਹਸਪਤਾਲਾਂ 'ਚ ਕਮੀਆਂ ਨੇ ਉੱਥੇ ਕਮੀਆਂ ਪੂਰੀਆਂ ਕਰਨ ਦੀ ਲੋੜ ਹੈ, ਜਿੱਥੇ ਹਸਪਤਾਲਾਂ 'ਚ ਸਟਾਫ ਘੱਟ ਹੈ
ਉੱਥੇ ਸਟਾਫ ਪੂਰਾ ਕਰਨ ਦੀ ਲੋੜ ਹੈ। ਸਟਾਫ ਤਾਂ ਡਾਂਗਾ ਖਾ ਰਿਹਾ, ਜਿਹੜਾ ਪਿਛਲੇ ਮਹੀਨੇ ਪਿਛਲੇ ਸਾਲ 3-4 ਮਹੀਨੇ ਕੰਮ ਕਰਾਇਆ ਉਹਨੂੰ ਸਟਾਫ ਤੋਂ, ਕੋਰੋਨਾ ਵਾਰੀਅਰਸ ਤੋਂ, ਉਹ ਤਾਂ ਡਾਂਗਾ ਖਾ ਰਹੇ ਨੇ। ਹੋਰ ਨਵਾਂ ਸਟਾਫ ਭਰਤੀ ਕਰਨ ਦੀ ਜਿਹੜੀ ਗੱਲ ਕੀਤੀ ਹੈ ਉਹ ਵੀ ਜਿਹੜੇ ਕਿੰਨਾ ਟਾਈਮ ਹੋ ਗਿਆ ਲੰਘੇ, ਉਹ ਵੀ ਹਾਲੇ ਤੱਕ ਭਰਤੀ ਨਹੀਂ ਹੋਏ। ਅਤੇ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਹੜੇ ਨੇ ਇਸ ਬੇਦਬੀ ਵਾਲੇ ਮਾਮਲੇ ਨੂੰ ਲੈ ਕੇ, ਜਿਹੜੇ ਨਵਜੋਤ ਸਿੰਘ ਸਿੱਧੂ ਹੋਣੀ ਜਿਹੜਾ ਉਹ ਕਰਦੇ ਨੇ ਟਵੀਟ ਕਰਦੇ ਨੇ ਜਾਂ ਕੁਛ ਕਰਦੇ ਨੇ, ਉਹਦਾ ਬਿਆਨ ਤਾਂ ਉਹਦੇ ਬਾਰੇ ਤਾਂ ਖੁੱਲ੍ਹ ਕੇ ਆ ਜਾਂਦੀ ਹੈ ਗੱਲ। ਪਰ ਜਦੋਂ ਕਿਸਾਨਾਂ ਦੀ ਫਸਲਾਂ ਚੱਕਣ ਦੀ ਗੱਲ ਹੈ ਤਾਂ ਜੇਕਰ ਪੰਜਾਬੀ ਟ੍ਰਿਬਿਊਨ ਦੀ ਖਬਰ ਪੜ੍ਹ ਕੇ ਦੇਖੀਏ ਚਰਨਜੀਤ ਭੁੱਲਰ ਹੋਣਾ ਦੀ, ਤਾਂ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ 15 ਦਿਨ ਬਾਅਦ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਯਾਦ ਆਈ ਗਏ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਇਹ ਸਾਰੀਆਂ ਦੇ ਸਾਰੀਆਂ ਜਿਹੜੀਆਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਜਾ ਰਹੀਆਂ। ਨਵਜੋਤ ਸਿੰਘ ਸਿੱਧੂ ਨੂੰ ਵੀ ਲੋਕ ਜਿਹੜੇ ਕੋਈ ਵਧੀਆ ਨਹੀਂ ਕਹਿ ਰਹੇ ਇਸ ਮਾਮਲੇ 'ਚ। ਲੋੜ ਹੈ ਇਸ ਵੇਲੇ ਇਸ ਰਾਜਨੀਤੀ ਨੂੰ ਛੱਡ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ, ਲੋਕਾਂ ਨੂੰ ਰੁਜ਼ਗਾਰਾਂ, ਲੋਕਾਂ ਦਾ ਰੁਜ਼ਗਾਰ ਬਚਾਉਣ ਦੀ ਗੱਲ ਕੀਤੀ ਜਾਵੇ, ਲੋਕਾਂ ਨੂੰ ਜਿਹੜਾ ਉਹ ਦਵਾਈਆਂ ਦੀ ਗੱਲ ਕੀਤੀ ਜਾਵੇ, ਆਕਸੀਜਨ ਦੀ ਗੱਲ ਕੀਤੀ ਜਾਵੇ, ਹਸਪਤਾਲਾਂ ਦੀ ਘਾਟਾਂ ਨੂੰ ਪੂਰਾ ਕੀਤਾ ਜਾਵੇ, ਮੌਤਾਂ ਨੂੰ ਕਿਵੇਂ ਘਟਾਇਆ ਜਾ ਸਕਦਾ, ਬੰਦ ਮੌਤਾਂ ਲੋਕਾਂ ਦੀਆਂ ਜਾਨ ਨੂੰ ਜਿਹੜਾ ਉਹ ਦਰ ਜਿਹੜੀ ਆ ਉਹ ਬਿਲਕੁਲ ਜਿਹੜੀ ਆ ਉਹ ਜ਼ੀਰੋ 'ਤੇ ਕਿਵੇਂ ਲਿਆਉਣੀ ਹੈਗੀ ਆ ਜਾਨਾਂ ਜਾਣ ਦੀ, ਇਹਨਾਂ ਚੀਜ਼ਾਂ ਨੂੰ ਦੇਖ ਕੇ ਆਪਾਂ ਨੇ ਗੱਲ ਕਰਨੀ ਹੈਗੀ ਹੈ, ਨਾ ਕਿ ਆਪਾਂ ਬੇਦਬੀ ਗੋਲੀ ਕਾਂਡ ਅਤੇ ਆਪਣਾ ਹੋਰ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ। ਮੁੱਦੇ ਜ਼ਰੂਰ ਜਿਹੜੇ ਗੰਭੀਰ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਮੁੱਦੇ ਬਹੁਤ ਗੰਭੀਰ ਨੇ, ਇਹਨਾਂ ਨੂੰ ਆਪਾਂ ਉਸ ਵੇਲੇ ਹੱਲ ਕਰਾਂਗੇ, ਪਹਿਲਾਂ ਆਪਾਂ ਜਾਨਾਂ ਬਚਾ ਲਈਏ। ਜੇ ਉਹ ਜਾਨਾਂ ਬਚ ਜਾਣ ਤਾਂ ਮੇਰੇ ਮੁਤਾਬਕ ਜਿਹੜੀ ਹੈਗੀ ਆ ਉਹ ਇੱਕ ਵੱਡੀ ਪ੍ਰਾਪਤੀ ਹੋਏਗੀ, ਰਾਜਨੀਤੀ ਜਿਹੜੀ ਆ ਬਾਅਦ 'ਚ ਵੀ ਹੁੰਦੀ ਰਹੇਗੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੁਲਵਾਨ ਜੀ ਸਾਡੇ ਸ਼ੋਅ ਦੇ ਨਾਲ ਜੁੜਨ ਲਈ, ਅਤੇ ਕੱਲ੍ਹ ਨੂੰ ਆਪਾਂ ਫਿਰ ਹਾਜ਼ਰ ਹੋਵਾਂਗੇ ਸ਼ੋਅ ਦੇ ਵਿੱਚ, ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸ਼ੁਕਰੀਆ। ਸੋ ਦੋਸਤੋ, ਜਿਸ ਤਰ੍ਹਾਂ ਦੇ ਇੰਡੀਆ ਦੇ ਵਿੱਚ ਮਾਹੌਲ ਨੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਹੈ, ਇੱਕ ਬੜੀ ਖੂਬਸੂਰਤ ਲਿਖਤ ਯਾਦ ਆਉਂਦੀ ਹੈ ਜਿਹਦੇ 'ਚ ਕਹਿੰਦੇ ਆ ਜੇ ਸਿਆਸਤ ਕੀ ਕੁਰਸੀ ਹੈ ਤੁਹਾਰਾ ਜਨਾਦਾ ਤੋਂ ਨਹੀਂ ਕੁਛ ਹੋਤਾ ਨਹੀਂ ਤੋ ਉਤਰ ਜਾਓ, ਕੁਛ ਨਹੀਂ ਹੁੰਦਾ ਤਾਂ ਛੱਡ ਦਿਉ, ਕੋਈ ਕਾਬਿਲ ਬੰਦਾ ਇਹਦੀ ਥਾਂ 'ਤੇ ਆਪਾਂ ਲਿਆਈਏ, ਇਹਨੂੰ ਹੁਣ ਤੁਸੀਂ ਦੇਖਣਾ ਕਿ ਤੁਸੀਂ ਕਿਹਨੂੰ ਲੈ ਕੇ ਆਉਣਾ ਅਤੇ ਕਿਹਨੂੰ ਥੱਲੇ ਉਤਾਰਨਾ। ਮੈਂ ਆ ਬੋਨੀ ਬਿੰਦਰਾ, ਤੁਸੀਂ ਦੇਖਦੇ ਰਹੋ ਨਿਊਜ਼ ਏਸ਼ੀਆ ਪੰਜਾਬੀ।